ਭਾਰਤ ਦੇ ਸੰਬੰਧ ਦੇ ਵਿੱਚ ਕਿੱਥੇ ਸਥਿਤ ਹੈ? ਉੱਤਰ ਪੱਛਮੀ ਹਿੱਸੇ ਦੇ ਵਿੱਚ। ਜੇ ਆਪਾਂ ਪੂਰੇ ਭਾਰਤ ਦਾ ਖੇਤਰਫਲ ਦੇਖੀਏ ਜੋ ਕਿ 32 ਲੱਖ ਕਿਲੋਮੀਟਰ ਸਕੇਅਰ ਦੇ ਆਸ ਪਾਸ ਤੁਹਾਨੂੰ ਦੇਖਣ ਨੂੰ ਮਿਲੇਗਾ, ਉਹ ਚੋਂ ਸਾਡਾ ਜਿਹੜਾ ਖੇਤਰਫਲ ਹੈ ਉਹ 50,362 ਕਿਲੋਮੀਟਰ ਸਕੇਅਰ ਹੈ। ਜਿਹੜੀਆਂ ਇਸ ਤਰ੍ਹਾਂ ਹੋਰੀਜ਼ੋਂਟਲ ਲਾਈਨਸ ਆਪਾਂ ਡਰਾ ਕਰਦੇ ਹਾਂ ਇਹਨਾਂ ਨੂੰ ਲੈਟੀਟਿਊਡ ਕਿਹਾ ਜਾਂਦਾ, ਔਰ ਜਿਹੜੀਆਂ ਇਸ ਤਰ੍ਹਾਂ ਆਪਾਂ ਵਰਟੀਕਲ ਲਾਈਨਸ ਡਰਾ ਕਰਦੇ ਹਾਂ ਇਹਨਾਂ ਨੂੰ ਲੋਂਗੀਟਿਊਡ ਕਿਹਾ ਜਾਂਦਾ। ਆਪਾਂ ਪੰਜਾਬ ਨੂੰ 4 ਹਿੱਸਿਆਂ ਚ ਵੰਡ ਸਕਦੇ ਹਾਂ। ਉਹ 4 ਹਿੱਸੇ ਕਿਹੜੇ ਨੇ ਸਰ? ਇੱਕ ਤਾਂ ਸ਼ਿਵਾਲਿਕ ਦੀਆਂ ਪਹਾੜੀਆਂ, ਨੰਬਰ 2 ਕੰਡੀ ਰੀਜਨ, ਇਹ ਕੀ ਹੈ ਕੀ ਨਹੀਂ ਹੁਣੇ ਤੁਹਾਨੂੰ ਸਮਝਾਉਣਾ ਵਾ, ਐਲੂਵੀਅਲ ਪਲੇਨ ਯਾਨੀ ਮੈਦਾਨ, ਅਤੇ ਸਭ ਤੋਂ ਅਖੀਰ ਤੇ ਸਾਊਥ ਵੈਸਟਰਨ ਸੈਂਡ ਡਿਊਨਸ ਜਿਹਨੂੰ ਤੁਸੀਂ ਕੀ ਕਹਿੰਦੇ ਹੋ, ਟਿੱਬਿਆਂ ਦਾ ਇਲਾਕਾ, ਟਿੱਬਾ ਰੀਜਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਵਾਰ ਫਿਰ ਮੈਂ ਰੋਹਿਤ ਗਰੋਵਰ ਹਾਜ਼ਰ ਹਾਂ ਅਧਿਐਨ ਕੈਂਪਸ ਦੇ ਯੂਟਿਊਬ ਚੈਨਲ ਤੋਂ। ਫਿਲਹਾਲ ਆਪਾਂ ਇੱਕ ਲੜੀ ਸ਼ੁਰੂ ਕੀਤੀ ਹੋਈ ਹੈ ਅਧਿਐਨ ਕੈਂਪਸ ਵੱਲੋਂ। ਆਪਾਂ ਇੱਕ ਲੜੀ ਲੈ ਕੇ ਆਏ ਸੀ ਤੁਹਾਡੇ ਸਾਹਮਣੇ, ਦੈਟ ਇਜ਼ ਅਦਭੁਤ ਪੰਜਾਬ। ਇਹਦੇ ਵਿੱਚ ਆਪਾਂ ਕਾਫੀ ਸਾਰੇ ਸੈਸ਼ਨਸ ਆਲਰੇਡੀ ਕਰ ਚੁੱਕੇ ਹਾਂ, ਯੂਟਿਊਬ ਤੇ ਅਵੇਲੇਬਲ ਨੇ, ਅਤੇ ਅੱਜ ਉਸੇ ਲੜੀ ਦੇ ਵਿੱਚ ਆਪਾਂ ਅਗਲੇ ਸੈਸ਼ਨ ਵੱਲ ਵਧਾਂਗੇ ਜੋ ਕਿ ਤੁਹਾਡਾ ਹੈਗਾ ਪੰਜਾਬ ਦਾ ਭੂਗੋਲ ਯਾਨੀ ਜੀਓਗ੍ਰਾਫੀ ਆਫ ਪੰਜਾਬ। ਇਹਦਾ ਪਹਿਲਾ ਹਿੱਸਾ ਅੱਜ ਹੋਵੇਗਾ, ਇੱਕ ਹਿੱਸਾ ਤੁਹਾਨੂੰ ਫਿਰ ਮਿਲੇਗਾ ਇਸ ਤੋਂ ਅਗਲੇ ਭਾਗ ਦੇ ਵਿੱਚ, ਜਿਸ 'ਚ ਆਪਾਂ ਪੰਜਾਬ ਦਾ ਨਦੀ ਤੰਤਰ ਅਤੇ ਨਹਿਰਾਂ ਦੇ ਬਾਰੇ ਸਾਰਾ ਉਸ 'ਚ ਪੜਾਂਗੇ। ਫਿਲਹਾਲ ਅੱਜ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਪੰਜਾਬ ਦੀ ਲੋਕੇਸ਼ਨ, ਇਹਦੇ ਲੋਂਗੀਟਿਊਡ, ਲੈਟੀਟਿਊਡ ਜਾਂ ਹੋਰ ਕੀ ਕੰਟੈਕਸਟ ਹੈਗਾ, ਸਾਰਾ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਹਿਲੀ ਸਲਾਈਡ ਤੋਂ ਵੱਧਦੇ ਹਾਂ। ਦੇਖੋ, ਬੇਸਿਕ ਇਨਫੋਰਮੇਸ਼ਨ ਜੇ ਆਪਾਂ ਗੱਲ ਕਰੀਏ, ਇਸ ਤੋਂ ਪਹਿਲਾਂ ਵੀ ਆਪਾਂ ਡਿਸਕਸ ਕੀਤਾ ਬੇਸਿਕ ਇਨਫੋਰਮੇਸ਼ਨ ਨੂੰ, ਕੀ ਕਹਿ ਰਿਹਾ ਵਾ, ਇਟ ਲਾਈਜ਼ ਇਨ ਦਾ ਨਾਰਥ ਵੈਸਟਰਨ ਪਾਰਟ ਆਫ ਦੀ ਇੰਡੀਆ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਭਾਰਤ ਦੇ ਸੰਬੰਧ ਦੇ ਵਿੱਚ ਕਿੱਥੇ ਸਥਿਤ ਹੈ? ਉੱਤਰ ਪੱਛਮੀ ਹਿੱਸੇ ਦੇ ਵਿੱਚ, ਅਤੇ ਜਿਹੜਾ ਇਹਦਾ ਖੇਤਰਫਲ ਹੈ ਜੇ ਆਪਾਂ ਏਰੀਏ ਦੀ ਗੱਲ ਕਰੀਏ 50,362 ਕਿਲੋਮੀਟਰ ਸਕੇਅਰ, ਜਾਂ ਇਹਨੂੰ ਆਪਾਂ ਦੂਜੀ ਜੇ ਗਿਣਤੀ ਚ ਦੇਖਣ ਦੀ ਕੋਸ਼ਿਸ਼ ਕਰੀਏ, ਦੋ ਭਾਗਾਂ ਚ ਤੁਸੀਂ ਆਂਸਰ ਯਾਦ ਕਰਨਾ ਹੈ, ਇੱਕ ਕਿਲੋਮੀਟਰ ਸਕੇਅਰ ਦੇ ਵਿੱਚ ਤੇ ਦੂਸਰਾ ਮੀਲ ਸਕੇਅਰ ਦੇ ਵਿੱਚ, ਦੋਵੇਂ ਚੀਜ਼ਾਂ ਤੁਹਾਨੂੰ ਆਉਣੀਆਂ ਚਾਹੀਦੀਆਂ ਵਾ, ਯਾਨੀ 50,362 ਕਿਲੋਮੀਟਰ ਸਕੇਅਰ ਜਾਂ 19,445 ਮੀਲ ਸਕੇਅਰ, ਜੋ ਕਿ ਭਾਰਤ ਦੇ ਸੰਬੰਧ ਚ ਆਪਾਂ ਜੇ ਗੱਲ ਕਰੀਏ, ਇੰਡੀਆ ਦੇ ਕੰਟੈਕਸਟ ਚ ਗੱਲ ਕਰੀਏ, ਪੂਰੇ ਭਾਰਤ ਦੇ ਖੇਤਰਫਲ ਚੋਂ ਜਿਹੜਾ ਪੰਜਾਬ ਹੈ ਉਹ ਮਾਤਰ 1.53% ਹੀ ਹੈ। ਜੇ ਆਪਾਂ ਪੂਰੇ ਭਾਰਤ ਦਾ ਖੇਤਰਫਲ ਦੇਖੀਏ ਜੋ ਕਿ 32 ਲੱਖ ਕਿਲੋਮੀਟਰ ਸਕੇਅਰ ਦੇ ਆਸ ਪਾਸ ਤੁਹਾਨੂੰ ਦੇਖਣ ਨੂੰ ਮਿਲੇਗਾ, ਉਹ ਚੋਂ ਸਾਡਾ ਜਿਹੜਾ ਖੇਤਰਫਲ ਹੈ ਉਹ 50,362 ਕਿਲੋਮੀਟਰ ਸਕੇਅਰ ਹੈ, ਜੋ ਕਿ ਅਪਰੋਕਸੀਮੇਟਲੀ 1.53%। ਪਟਵਾਰੀ ਦੇ ਪੇਪਰ 'ਚ ਡਾਇਰੈਕਟ ਕੁਸ਼ਚਨ ਸੀਗਾ, ਤੁਹਾਨੂੰ ਪਰਸੈਂਟੇਜ ਹੀ ਪੁੱਛੀ ਗਈ ਸੀ, ਨਾ ਕਿ ਵੈਲਿਊ ਪੁੱਛੀ ਸੀ ਉਹਨੇ। ਨੈਕਸਟ ਦੇਖਦੇ ਹਾਂ, ਜੇ ਇਸ ਖੇਤਰਫਲ ਦੇ ਆਧਾਰ ਤੇ ਦੇਖਿਆ ਜਾਵੇ ਤਾਂ ਆਪਾਂ 19ਵੇਂ ਸਥਾਨ ਤੇ ਆਉਂਦੇ ਹਾਂ ਜਦੋਂ ਆਪਾਂ ਇਕੱਲੇ ਸੂਬਿਆਂ ਦੀ ਲੜੀ 'ਚ ਦੇਖਦੇ ਹਾਂ, ਯਾਨੀ ਇਸ ਵੇਲੇ ਮੌਜੂਦਾ ਭਾਰਤ ਦੇ ਵਿੱਚ 28 ਸੂਬੇ ਹਨ, ਅਤੇ ਉਹਨਾਂ 28 ਸੂਬਿਆਂ 'ਚ ਆਪਾਂ ਜੇ ਦੇਖੀਏ ਤੇ ਜਿਹੜਾ ਪੰਜਾਬ ਹੈ ਉਹ 19ਵੇਂ ਸਥਾਨ ਤੇ ਸਾਨੂੰ ਨਜ਼ਰ ਆਏਗਾ ਖੇਤਰਫਲ ਦੇ ਆਧਾਰ ਤੇ। ਬਟ ਜਦੋਂ ਆਪਾਂ ਸਾਰੇ ਸੂਬੇ ਯਾਨੀ 28 ਦੇ 28 ਸੂਬੇ ਤੇ ਸਾਰੀਆਂ ਕੇਂਦਰ ਸ਼ਾਸਿਤ ਪ੍ਰਦੇਸ਼ ਯਾਨੀ ਕਿ 8 ਯੂਨੀਅਨ ਟੈਰੀਟਰੀਜ਼, ਇਹਨਾਂ ਸਾਰਿਆਂ ਨੂੰ ਇਕੱਠੇ ਦੇਖਾਂਗੇ ਤਾਂ ਆਪਣੀ ਜਿਹੜੀ ਪੋਜੀਸ਼ਨ ਹੈ ਉਹ ਇੱਕ ਹੇਠਾਂ ਹੋ ਜਾਂਦੀ ਹੈ, ਯਾਨੀ 19ਵੇਂ ਸਥਾਨ ਤੋਂ ਹਟ ਕੇ ਕਿੰਨੇ ਤੇ ਆ ਜਾਂਦੇ ਹਾਂ ਆਪਾਂ, 20ਵੇਂ ਸਥਾਨ ਤੇ। ਕਿਹੜੀ ਯੂਨੀਅਨ ਟੈਰੀਟਰੀ ਪੰਜਾਬ ਤੋਂ ਵੱਡੀ ਹੈ ਕਮੈਂਟ ਬਾਕਸ 'ਚ ਦੱਸੋਗੇ, ਕਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਪੰਜਾਬ ਤੋਂ ਵੱਡਾ ਨਜ਼ਰ ਆਏਗਾ। 8 ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਜਿਵੇਂ ਚੰਡੀਗੜ੍ਹ, ਜੰਮੂ, ਲਦਾਖ, ਉਸ ਤੋਂ ਬਾਅਦ ਦਮਨ ਐਂਡ ਦਿਊ, ਦਾਦਰਾ ਨਾਗਰ ਹਵੇਲੀ, ਲਕਸ਼ਦਵੀਪ, ਅੰਡੇਮਨ ਨਿਕੋਬਾਰ ਆਈਲੈਂਡਸ ਤੇ ਪੁਡੂਚੇਰੀ। ਇਹਨਾਂ 8 ਦੇ ਵਿੱਚੋਂ ਉਹ ਕਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਜਿਹੜਾ ਪੰਜਾਬ ਤੋਂ ਵੀ ਵੱਡਾ ਹੈ, ਅਤੇ ਇਸੇ ਕਰਕੇ ਆਪਾਂ ਇੱਕ ਸਥਾਨ ਥੱਲੇ ਆਉਂਦੇ ਹਾਂ, ਇੱਕ ਵਾਰੀ ਕਮੈਂਟ ਬਾਕਸ 'ਚ ਦੱਸਿਓ। ਨੈਕਸਟ ਅਗਲੇ ਪੁਆਇੰਟ ਤੇ ਵੱਧਦੇ ਹਾਂ।
ਜੇ ਆਪਾਂ ਪੰਜਾਬ ਦੀ ਪੋਪੂਲੇਸ਼ਨ ਦੀ ਗੱਲ ਕਰੀਏ, ਜਨਸੰਖਿਆ ਦੀ ਗੱਲ ਕਰੀਏ, ਤੇ ਇਸ ਵੇਲੇ ਮੌਜੂਦਾ ਪੰਜਾਬ ਦੀ ਜਨਸੰਖਿਆ ਕਿੰਨੀ ਹੈ? 2.77 ਕਰੋੜ। ਜੋ ਕਿ ਇਹ ਜਿਹੜਾ ਡੇਟਾ ਹੈ ਇਹ ਤੁਹਾਨੂੰ ਕਿਹਦੇ ਅਨੁਸਾਰ ਦੇਖਣ ਨੂੰ ਮਿਲੇਗਾ ਤੇ ਆਨਸਰ ਦੋਗੇ? ਇਹ ਡੇਟਾ ਸਰ ਸਾਡਾ 2011 ਦੇ ਸੈਂਸਸ ਦੇ ਅਨੁਸਾਰ ਹੈ। 2011 ਦੇ ਸੈਂਸਸ ਦੇ ਅਨੁਸਾਰ, 2021 ਦਾ ਸੈਂਸਸ ਜਿਹੜਾ ਸੀਗਾ ਉਹ ਹੋਣਾ ਸੀ ਬਟ ਨਹੀਂ ਹੋਇਆ, ਕੋਵਿਡ-19 ਦੇ ਕਰਕੇ ਡਿਲੇ ਕੀਤਾ ਗਿਆ ਸੀ। ਇਹ ਜਿਹੜਾ ਡੇਟਾ ਇਹ 2.77 ਕਰੋੜ ਦੀ ਜਨਸੰਖਿਆ 2011 ਦੇ ਅਨੁਸਾਰ ਹੈ। ਇਸ ਤਰਜ ਦੇ ਉੱਤੇ ਇਹ ਜਨਸੰਖਿਆ ਦੇ ਨਾਲ ਪੰਜਾਬ ਸਾਡੇ ਭਾਰਤ ਦਾ 16ਵਾਂ ਸਭ ਤੋਂ ਵੱਡਾ ਸੂਬਾ ਹੈ, 16ਵੇਂ ਸਥਾਨ ਤੇ ਯਾਨੀ ਆਪਾਂ ਆਉਂਦੇ ਹਾਂ। ਔਰ ਇਹਦੇ ਵਿੱਚ ਇੱਕ ਹੀ ਅਨਸਰ ਰਹੇਗਾ, ਜੇ ਆਪਾਂ ਜਨਸੰਖਿਆ ਦੇ ਆਧਾਰ ਤੇ ਵੇਖੀਏ ਤੇ ਆਪਾਂ 16ਵੇਂ ਹਾਂ, ਭਾਵੇਂ ਆਪਾਂ ਇਕੱਲੇ ਸੂਬੇ ਦੇਖੀਏ ਭਾਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇਖੀਏ, ਪੂਰੇ ਭਾਰਤ 'ਚ ਆਪਾਂ 16ਵੇਂ ਸਥਾਨ ਤੇ ਹੀ ਹਾਂ, ਬਟ ਸਾਈਜ਼ ਦੇ ਆਧਾਰ ਤੇ ਦੋ ਅਲੱਗ ਅਲੱਗ ਅਨਸਰ ਬਣਦੇ ਨੂੰ ਮੈਂ ਤੁਹਾਨੂੰ ਦੱਸ ਚੁੱਕਿਆ। ਉਸ ਤੋਂ ਬਾਅਦ ਨੈਕਸਟ ਅੱਗੇ ਇੱਥੋਂ ਸਾਡਾ ਮੇਨ ਕਨਸੈਪਚੁਅਲ ਸ਼ੁਰੂ ਹੋਏਗਾ, ਹਾਲਾਂਕਿ ਇਹ ਸਾਰੀ ਡਿਸਕਸ਼ਨ ਤਾਂ ਆਪਾਂ ਪਹਿਲਾਂ ਵੀ ਕੀਤੀ ਸੀਗੀ, ਜਿਹੜਾ ਤੁਹਾਨੂੰ ਮੈਂ ਬੇਸਿਕ ਇੰਟਰੋਡਕਸ਼ਨ ਦਾ ਲੈਕਚਰ ਦਿੱਤਾ ਸੀ। ਹੁਣ ਆਹ ਜਿਹੜੇ 2 ਪੁਆਇੰਟਸ ਨੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪੰਜਾਬ ਦੇ ਸੰਬੰਧ 'ਚ ਜੇ ਆਪਾਂ ਗੱਲ ਕਰੀਏ ਲੈਟੀਟਿਊਡ ਤੇ ਲੌਂਗੀਟਿਊਡ ਕੀ ਹੁੰਦੀਆਂ ਨੇ, ਲੈਟੀਟਿਊਡ ਕੀ ਹੁੰਦੀਆਂ ਨੇ, ਲੌਂਗੀਟਿਊਡ, ਜਦੋਂ ਆਪਾਂ ਭਾਰਤ ਦਾ ਭੂਗੋਲ ਪੜਾਂਗੇ ਜਾਂ ਜਦੋਂ ਆਪਾਂ ਓਵਰਆਲ ਕਨਸੈਪਟ ਆਫ ਜੀਓਗ੍ਰਾਫੀ ਪੜਾਂਗੇ ਸਾਰਾ, ਉਹ ਚ ਐਕਸਪਲੇਨੇਸ਼ਨ ਦਵਾਂਗਾ। ਫਿਲਹਾਲ ਦੀ ਘੜੀ ਦਾ ਬੇਸਿਕ ਸਮਝਾਉਣ ਦੀ ਕੋਸ਼ਿਸ਼ ਕਰਦਾ ਤੁਹਾਨੂੰ। ਜੇ ਆਪਾਂ ਲੈਟੀਟਿਊਡ ਲੌਂਗੀਟਿਊਡ ਦੀ ਗੱਲ ਕਰੀਏ ਤਾਂ ਬਸ ਇੰਨਾ ਬੇਸਿਕ ਸਮਝ ਲਓ, ਪ੍ਰਿਥਵੀ ਦੇ ਉੱਤੇ ਜਿਹੜੀਆਂ ਇਸ ਤਰ੍ਹਾਂ ਹੋਰੀਜ਼ੋਂਟਲ ਲਾਈਨਸ ਆਪਾਂ ਡਰਾ ਕਰਦੇ ਹਾਂ ਇਹਨਾਂ ਨੂੰ ਲੈਟੀਟਿਊਡ ਕਿਹਾ ਜਾਂਦਾ, ਔਰ ਜਿਹੜੀਆਂ ਇਸ ਤਰ੍ਹਾਂ ਆਪਾਂ ਵਰਟੀਕਲ ਲਾਈਨਸ ਡਰਾ ਕਰਦੇ ਹਾਂ ਇਹਨਾਂ ਨੂੰ ਲੌਂਗੀਟਿਊਡ ਕਿਹਾ ਜਾਂਦਾ। ਪ੍ਰਿਥਵੀ ਦੇ ਵਿੱਚੋਂ ਵਿੱਚ ਜਿਹੜੀ ਇੱਕ ਲਾਈਨ ਬਣਾਈ ਜਾਂਦੀ ਹੈ, ਰੈੱਡ ਕਲਰ ਦੇ ਨਾਲ ਮਾਰਕਿੰਗ ਦੇ ਰਿਹਾ ਉਹਨੂੰ, ਆਹ ਵਾਲੀ ਲਾਈਨ ਜੋ ਕਿ ਪ੍ਰਿਥਵੀ ਨੂੰ ਦੋ ਭਾਗਾਂ ਦੇ ਵਿੱਚ ਵੰਡਦੀ ਪਈ ਹੈ, ਇਸ ਨੂੰ ਆਪਾਂ 0 ਡਿਗਰੀ ਇਕਵੇਟਰ ਦੇ ਨਾਮ ਤੋਂ ਪੁਕਾਰਦੇ ਹਾਂ, ਜਿਹਨੂੰ ਆਪਾਂ ਪੰਜਾਬੀ 'ਚ ਭੂ ਮੱਧ ਰੇਖਾ ਵੀ ਕਹਿੰਦੇ ਹਾਂ। ਯਾਨੀ ਪ੍ਰਿਥਵੀ ਨੂੰ ਦੋ ਭਾਗਾਂ 'ਚ ਤੋੜਦੀ ਪਈ ਹੈ, ਉੱਤੇ ਵਾਲੇ ਭਾਗ ਨੂੰ ਉੱਤਰੀ ਗੋਲਾਰਧ ਯਾਨੀ ਨਰਦਰਨ ਹੈਮੀਸਫੀਅਰ ਤੇ ਥੱਲੇ ਵਾਲੇ ਭਾਗ ਨੂੰ ਦਕਸ਼ਣੀ ਗੋਲਾਰਧ ਯਾਨੀ ਸਦਰਨ ਹੈਮੀਸਫੀਅਰ ਕਿਹਾ ਜਾਂਦਾ। ਇਸੇ ਤਰੀਕੇ ਦੇ ਨਾਲ ਜਦੋਂ ਆਪਾਂ ਵਰਟੀਕਲ ਲਾਈਨਸ ਦੀ ਗੱਲ ਕਰਦੇ ਹਾਂ, ਧਰਤੀ ਦੇ ਵਿੱਚੋਂ ਵਿੱਚ ਇੱਕ ਲਾਈਨ ਡਰਾ ਕੀਤੀ ਜਾਂਦੀ ਹੈ ਜਿਹਨੂੰ 0 ਡਿਗਰੀ ਹੀ ਕਿਹਾ ਜਾਂਦਾ, ਔਰ ਇਹਨੂੰ ਪ੍ਰਾਈਮ ਮੈਰੀਡੀਅਨ ਕਿਹਾ ਜਾਂਦਾ, ਪ੍ਰਾਈਮ ਮੈਰੀਡੀਅਨ। ਸਰ ਇਹ ਵੀ ਪ੍ਰਿਥਵੀ ਨੂੰ ਦੋ ਭਾਗਾਂ ਦੇ ਵਿੱਚ ਤੋੜਦੀ ਹੈ ਇਸ ਡਾਇਰੈਕਸ਼ਨ ਦੇ ਹਿਸਾਬ ਦੇ ਨਾਲ, ਇਹਨੂੰ ਪੂਰਬੀ ਗੋਲਾਰਧ ਕਿਹਾ ਜਾਂਦਾ ਈਸਟਰਨ ਹੈਮੀਸਫੀਅਰ, ਤੇ ਇਹਨੂੰ ਪੱਛਮੀ ਗੋਲਾਰਧ ਕਿਹਾ ਜਾਂਦਾ ਵੈਸਟਰਨ ਹੈਮੀਸਫੀਅਰ। ਇੱਥੇ ਮੈਂ ਤੁਹਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਲੈਟੀਟਿਊਡ ਕਿਹਨੂੰ ਕਹਿ ਰਹੇ ਹਾਂ ਤੇ ਲੌਂਗੀਟਿਊਡ ਕਿਹਨੂੰ ਕਹਿ ਰਹੇ ਹਾਂ। ਹੁਣ ਸਾਡੇ ਕੋਲ ਡੇਟਾ ਜੋ ਹੈਗਾ ਉਹ ਕੀ ਕਹਿ ਰਿਹਾ ਹੈ, ਸਾਡੇ ਕੋਲ ਡੇਟਾ ਕਹਿ ਰਿਹਾ ਹੈ ਕਿ ਜਿਹੜਾ ਭਾਰਤ ਹੈ ਉਹ ਇਕਵੇਟਰ ਤੋਂ ਉੱਪਰ ਤੇ ਪ੍ਰਾਈਮ ਮੈਰੀਡੀਅਨ ਤੋਂ ਇੱਧਰ ਯਾਨੀ ਈਸਟਰਨ ਹੈਮੀਸਫੀਅਰ ਚ, ਯਾਨੀ ਸਾਡਾ ਭਾਰਤ ਨਾਰਥ ਈਸਟਰਨ ਦੇ ਵਿੱਚ ਹੈ। ਸੋ ਜੇ ਆਪਾਂ ਇੰਡੀਆ ਦੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਸਾਨੂੰ ਇਸ ਹਿੱਸੇ 'ਚ ਨਜ਼ਰ ਆਏਗਾ ਪ੍ਰਿਥਵੀ ਦੇ। ਜੇਕਰ ਭਾਰਤ ਇਸ ਹਿੱਸੇ 'ਚ ਹੈ ਤਾਂ ਸਰ ਪੰਜਾਬ ਵੀ ਇਸੇ ਹਿੱਸੇ 'ਚ ਸਾਨੂੰ ਨਜ਼ਰ ਆਵੇਗਾ। ਔਰ ਸਾਨੂੰ ਪੁੱਛਣ ਕੀ ਦਿਆ ਉਹ ਕਿ ਸਰ ਪੰਜਾਬ ਦੇ ਲੈਟੀਟਿਊਡ ਤੇ ਲੌਂਗੀਟਿਊਡ ਕੀ ਹਨ, ਆਪਾਂ ਇਸ ਲਾਈਨਸ ਦੇ ਅਨੁਸਾਰ ਇਹ ਦੱਸਣ ਦੀ ਹੁਣ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਲੈਟੀਟਿਊਡ ਤੇ ਲੌਂਗੀਟਿਊਡ ਕੀ ਹਨ। ਯਾਨੀ ਸਮਝਣਾ ਹੁਣ ਇੱਕ ਵਾਰ, ਜੇ ਆਪਾਂ ਸਰ ਭਾਰਤ ਦੀ ਰਿਪ੍ਰੈਜੈਂਟੇਸ਼ਨ ਕਰੀਏ ਤਾਂ ਕੁਝ ਇਸ ਤਰ੍ਹਾਂ ਦੀ ਰਿਪ੍ਰੈਜੈਂਟੇਸ਼ਨ ਸਾਨੂੰ ਨਜ਼ਰ ਆਵੇਗੀ। ਔਰ ਇੱਥੇ ਸਾਨੂੰ ਸਾਡਾ ਸੂਬਾ ਨਜ਼ਰ ਆਵੇਗਾ ਜਿਹਨੂੰ ਆਪਾਂ ਪੰਜਾਬ ਕਹਿ ਰਹੇ ਹਾਂ। ਸਰ ਜੇ ਦੇਖੋ
ਇਸ ਤਰ੍ਹਾਂ ਲਾਈਨਸ ਜਿਹੜੀਆਂ ਜਾ ਰਹੀਆਂ ਨੇ, ਦੀਜ਼ ਆਰ ਦਾ ਲੈਟੀਟਿਊਡਸ, ਰਾਈਟ। ਇੱਕ ਜਗ੍ਹਾ ਤੋਂ ਇਹ ਸਟਾਰਟ ਹੋ ਰਿਹਾ ਅਤੇ ਉੱਪਰਲੀ ਡਾਇਰੈਕਸ਼ਨ ਨੂੰ ਆਪਾਂ ਵੱਧਦੇ ਪਏ ਹਾਂ, ਕਿਉਂਕਿ ਆਪਾਂ 0 ਡਿਗਰੀ ਇਕਵੇਟਰ ਤੋਂ ਉੱਪਰ ਜਾ ਰਹੇ ਹਾਂ। ਇਸ ਗੱਲ ਦਾ ਧਿਆਨ ਰੱਖੋਗੇ ਤੁਸੀਂ ਸਰ। ਇਸ ਤਰ੍ਹਾਂ ਜਦੋਂ ਲਾਈਨਸ ਡਰੋ ਹੋ ਰਹੀਆਂ ਨੇ, ਕੋਈ ਤਾਂ ਦੋ ਲਾਈਨਸ ਹੋਣਗੀਆਂ ਜਿਹੜੀਆਂ ਪੰਜਾਬ ਨੂੰ ਵੀ ਟੱਚ ਕਰਨਗੀਆਂ, ਇਸ ਤਰ੍ਹਾਂ ਸਮਝਦੇ ਪਏ। ਇਸ ਤਰ੍ਹਾਂ ਲਾਈਨ ਗੁਜ਼ਰੀਆਂ, ਇੱਥੋਂ ਪੰਜਾਬ ਸ਼ੁਰੂ ਹੋ ਰਿਹਾ, ਇੱਥੇ ਪੰਜਾਬ ਖਤਮ ਹੋ ਰਿਹਾ, ਇਹ ਪੰਜਾਬ ਦੇ ਬਣ ਜਾਣਗੇ ਲੈਟੀਟਿਊਡਸ। ਹੁਣ ਕੁਐਸਚਨ ਇਹ ਹੈ ਕਿ ਲੈਟੀਟਿਊਡਸ ਨੇ ਸਾਡੇ, ਆਨਸਰ ਦੋਗੇ 29 ਡਿਗਰੀ 30 ਮਿੰਟ ਉੱਤਰ ਤੋਂ ਲੈ ਕੇ 32 ਡਿਗਰੀ 32 ਮਿੰਟ ਉੱਤਰ ਤੱਕ। ਨੌਰਥ ਕਿਉਂ ਲੱਗਾ ਦੋਵਾਂ ਦੇ ਵਿੱਚ? ਕਿਉਂਕਿ ਸਰ ਹੈਗਾ ਤੇ ਇਕਵੇਟਰ ਤੋਂ ਉੱਤੇ ਹੀ ਹੈ ਨਾ, ਤੇ ਇਕਵੇਟਰ ਦੇ ਉੱਤੇ ਜਿੰਨੀਆਂ ਵੀ ਲਾਈਨਾਂ ਆਣਗੀਆਂ ਸਾਰਿਆਂ ਦੇ ਨਾਲ ਨੌਰਥ ਹੀ ਆਵੇਗਾ, ਤੇ ਇਸ ਤਰ੍ਹਾਂ ਹੀ ਸਰ ਦੋ ਲਾਈਨਾਂ ਕੋਈ ਪੰਜਾਬ ਦੀਆਂ ਵੀ ਹੋਣਗੀਆਂ। ਸੋ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਪੰਜਾਬ ਦੇ ਲੈਟੀਟਿਊਡ ਕੀ ਹਨ, ਤੇ ਆਨਸਰ ਦੋਗੇ 29 ਡਿਗਰੀ 30 ਮਿੰਟ ਤੋਂ ਲੈ ਕੇ 32 ਡਿਗਰੀ 32 ਮਿੰਟ ਤੱਕ, ਦੋਨਾਂ ਦੇ ਨਾਲ ਨੌਰਥ ਹੀ ਲੱਗੇਗਾ। ਇਸ ਗੱਲ ਦਾ ਖਾਸ ਧਿਆਨ ਰੱਖੋਗੇ। ਇਸ ਵਾਰ ਵੀ ਜਿਹੜਾ ਤੁਹਾਡਾ ਪਟਵਾਰੀ ਦਾ ਐਗਜ਼ਾਮ ਹੋਇਆ ਸੀ, ਐਕਸਾਈਜ਼ ਇੰਸਪੈਕਟਰ ਦਾ ਪੇਪਰ ਹੋਇਆ ਸੀ, ਸਾਰਿਆਂ 'ਚ ਪ੍ਰਸ਼ਨ ਪੁੱਛੇ ਗਏ ਸਨ। ਕਿਸੇ 'ਚ ਉਹਨੇ ਡਾਇਰੈਕਟ ਲੈਟੀਟਿਊਡ ਪੁੱਛ ਲਿਆ, ਕਿਸੇ 'ਚ ਉਹਨੇ ਡਾਇਰੈਕਟ ਲੋਂਗੀਟਿਊਡ ਪੁੱਛ ਲਿਆ, ਦੋਵਾਂ ਦਾ ਜ਼ਿਕਰ ਕਰਾਂਗਾ ਮੈਂ। ਸੋ 29 ਡਿਗਰੀ 30 ਮਿੰਟ ਤੋਂ ਲੈ ਕੇ 32 ਡਿਗਰੀ 32 ਮਿੰਟ ਤੱਕ ਸਾਡਾ ਪੰਜਾਬ ਦਾ ਕੀ ਹੈ? ਲੈਟੀਟਿਊਡ। ਯਾਨੀ ਆਹ ਲਾਈਨ ਹੋ ਗਈ 29 ਡਿਗਰੀ ਵਾਲੀ, ਤੇ ਆਹ ਲਾਈਨ ਹੋ ਗਈ 32 ਡਿਗਰੀ ਵਾਲੀ। ਬਸ ਆਹ ਦੋ ਲਾਈਨਾਂ ਦੇ ਵਿੱਚ ਹੀ ਸਾਡਾ ਪੰਜਾਬ ਸਥਿਤ ਹੈ। ਹੁਣ ਜੇ ਆਪਾਂ ਲੋਂਗੀਟਿਊਡ ਦੀ ਗੱਲ ਕਰੀਏ ਤਾਂ ਉਸ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰ ਲੈਂਦੇ ਹਾਂ। ਲੋਂਗੀਟਿਊਡ ਕੀ ਹੈ? ਹੁਣ ਦੇਖੋ ਸਰ, ਜੇ ਆਪਾਂ ਪੰਜਾਬ ਦਾ ਨਕਸ਼ਾ ਬਣਾਈਏ ਤਾਂ ਕੁਛ ਇਸ ਤਰ੍ਹਾਂ ਦਾ ਨਕਸ਼ਾ ਸਾਨੂੰ ਨਜ਼ਰ ਆਵੇਗਾ ਪੰਜਾਬ ਦਾ। ਆਹ ਵਾਲੇ ਤਾਂ ਹੋ ਗਏ ਲੈਟੀਟਿਊਡ, ਜਿਹੜੇ ਮੈਂ ਯੈਲੋ ਲਾਈਨ ਦੇ ਵਿੱਚ ਡਿਪਿਕਟ ਕਰਦਾ ਪਿਆ ਵਾਂ। ਹੁਣ ਇੱਥੇ ਮੈਂ ਤੁਹਾਨੂੰ ਗ੍ਰੀਨ ਲਾਈਨ ਦੇ ਨਾਲ ਇੱਥੇ ਡਿਪਿਕਸ਼ਨ ਜਿਹੜੀ ਦੇ ਲਵਾਂ, ਇਹ ਲੋਂਗੀਟਿਊਡ ਹੋਣਗੇ। ਜੇ ਆਪਾਂ ਨੂੰ ਆਹ ਵਾਲੀ ਰੀਡਿੰਗ ਤੇ ਆਹ ਵਾਲੀ ਰੀਡਿੰਗ ਪਤਾ ਚੱਲ ਜੇ, ਤੇ ਆਪਾਂ ਨੂੰ ਸਮਝ ਆ ਜਾਏਗਾ ਕਿ ਪੰਜਾਬ ਕਿੱਥੋਂ ਤੱਕ ਐਕਸਟੈਂਡ ਕਰਦਾ ਪਿਆ। ਆਹ ਜਿਹੜੀ ਲਾਈਨ ਹੈ, ਇਹਦਾ ਨਾਮ ਨੰਬਰ ਹੈ 73 ਡਿਗਰੀ 55 ਮਿੰਟ ਤੋਂ ਲੈ ਕੇ, ਆਹ ਜਿਹੜੀ ਲਾਈਨ ਜਿੱਥੇ ਪੰਜਾਬ ਖਤਮ ਹੋ ਰਿਹਾ, ਇਹਦੀ ਰੀਡਿੰਗ ਹੈ 76 ਡਿਗਰੀ 50 ਮਿੰਟ। ਔਰ ਦੋਵਾਂ ਦੇ ਨਾਲ ਕੀ ਲਗਾਵਾਂਗਾ? ਪੂਰਬ, ਈਸਟ। ਕਿਉਂ? ਕਿਉਂਕਿ ਲਾਸਟ ਸਲਾਈਡ 'ਚ ਤੁਹਾਨੂੰ ਮੈਂ ਸਮਝਾਇਆ ਵੀ ਸੀਗਾ। ਲਾਸਟ ਸਲਾਈਡ ਦੇਖੋ ਇੱਕ ਵਾਰ, ਮੈਂ ਤੁਹਾਨੂੰ ਕੀ ਦੱਸਿਆ? ਜਿਹੜਾ ਭਾਰਤ ਹੈ ਉਹ ਇਸ ਲਾਈਨ ਦੇ ਅੰਦਰ ਹੈ, ਇਹ ਸਾਰੇ ਦਾ ਸਾਰਾ ਈਸਟਰਨ ਹੈਮੀਸਫੀਅਰ ਹੈ। ਯਾਨੀ ਇਸ ਤਰ੍ਹਾਂ ਕੋਈ ਇੰਡੀਆ ਦੀ ਜਿਹੜੀ ਆ ਟੋਟਲ ਹੋਣਗੀਆਂ, ਵਿਚਕਾਰ ਕੋਈ ਪੰਜਾਬ ਦਾ ਵੀ ਹੋਏਗਾ। ਔਰ ਇਹੀ ਚੀਜ਼ ਮੈਂ ਇੱਥੇ ਦੱਸਣ ਦੀ ਕੋਸ਼ਿਸ਼ ਕੀਤੀ, ਆਹ ਦੋ ਲਾਈਨਾਂ ਦੀ ਰੈਫਰੈਂਸ ਦਿੱਤੀ ਆ ਤੁਹਾਨੂੰ। ਸੋ ਇੱਥੇ ਆਪਾਂ ਕੀ ਸਮਝਿਆ ਕਿ ਸਰ ਆਹ ਦੋ ਲਾਈਨਾਂ ਜਿਹੜੀਆਂ ਹਨ, ਇਹ ਸਾਡਾ ਲੋਂਗੀਟਿਊਡਨਲ ਐਕਸਟੈਂਸ਼ਨ ਹੋ ਗਿਆ। ਇਹ ਜਿਹੜੇ ਐਕਸਟੈਂਸ਼ਨ ਹੈ, ਇਹ ਸਾਡੇ ਲੈਟੀਟਿਊਡ ਤੇ ਲੋਂਗੀਟਿਊਡ ਹਨ। ਆਈ ਹੋਪ ਤੁਹਾਨੂੰ ਸਮਝ ਆਇਆ ਹੋਵੇਗਾ। ਫਿਰ ਵੀ ਨਹੀਂ ਆਇਆ, ਵੀਡੀਓ ਰਿਵਾਇੰਡ ਕਰਕੇ ਵੇਖ ਲਿਓ, ਕਨਸੈਪਟ ਦੇ ਨਾਲ ਸਮਝ ਲਿਓ। ਨਹੀਂ ਤਾਂ ਤੁਸੀਂ ਇਸ ਨੂੰ ਰੱਟਾ ਤਾਂ ਮਾਰਨਾ ਹੀ ਹੈ, ਚ ਕੋਈ ਚੁਆਇਸ ਹੀ ਨਹੀਂ ਹੈ। ਓਵਰਆਲ ਜੇ ਮੈਂ ਗੱਲ ਕਰਾਂ ਤਾਂ ਇਹ ਤਾਂ ਤੁਹਾਨੂੰ ਆਉਣਾ ਚਾਹੀਦਾ ਡਾਇਰੈਕਟ। ਆਹ ਦੇਖੋ 29 ਡਿਗਰੀ 30 ਮਿੰਟ ਤੋਂ ਲੈ ਕੇ 32 ਡਿਗਰੀ 32 ਮਿੰਟ, 73 55 ਈਸਟ ਤੋਂ ਲੈ ਕੇ 76 50 ਈਸਟ ਤੱਕ। ਸੋ ਭਾਵੇਂ ਇਹਨੂੰ ਨੰਬਰ ਵਾਂਗ ਯਾਦ ਕਰੋ, ਭਾਵੇਂ ਕਨਸੈਪਟ ਦੇ ਨਾਲ ਯਾਦ ਕਰੋ, ਤੁਹਾਡੀ ਆਪਣੀ ਇੱਛਾ, ਪਰ ਇਹ ਕਨਸੈਪਟ ਆਉਣਾ ਚਾਹੀਦਾ, ਕਿਉਂਕਿ ਡਾਇਰੈਕਟ ਕੁਐਸਚਨ ਤੁਹਾਨੂੰ ਇੱਥੇ ਪੁੱਛੇ ਜਾ ਚੁੱਕੇ ਹੋਏ ਨੇ ਐਗਜ਼ਾਮ ਦੇ ਵਿੱਚ, ਲੈਟੀਟਿਊਡ ਤੇ ਲੋਂਗੀਟਿਊਡ। ਆਈ ਹੋਪ ਸਮਝ ਆਇਆ ਹੋਵੇਗਾ। ਨੈਕਸਟ ਸਲਾਈਡ ਦੇ ਉੱਤੇ ਵੱਧਦੇ ਹਾਂ। ਆਹ ਮੈਪ ਤੁਹਾਨੂੰ ਨਜ਼ਰ ਆ ਰਿਹਾ, ਪੂਰੇ ਦਾ ਪੂਰਾ ਪੰਜਾਬ ਦਾ ਨਕਸ਼ਾ। ਇਹਦੇ ਵਿੱਚ ਤੁਸੀਂ ਦੇਖੋ ਆਹ ਜਿਹੜੀ ਲਾਈਨ ਦੇਖੋ, ਆਲਮੋਸਟ ਆਲਮੋਸਟ ਨਜ਼ਰ ਆ ਰਹੀ 80 ਡਿਗਰੀ ਫਿਰ 81, ਇਸ ਤਰ੍ਹਾਂ ਤੁਹਾਨੂੰ ਮਤਲਬ ਸੋਰੀ 30 ਡਿਗਰੀ 31 32, ਇਹ ਆਲਮੋਸਟ ਆਲਮੋਸਟ ਪੰਜਾਬ ਦੀ ਤੁਹਾਨੂੰ ਰੈਫਰੈਂਸ ਨਜ਼ਰ ਆ ਰਹੀ ਹੋਵੇਗੀ। ਇਸ ਤਰ੍ਹਾਂ ਫਿਰ ਤੁਹਾਨੂੰ ਲੋਂਗੀਟਿਊਡ ਨਜ਼ਰ ਆ ਰਹੀਆਂ ਨੇ ਇੱਥੇ 74 75 76 77,
ਇਸ ਤਰ੍ਹਾਂ ਤੁਹਾਨੂੰ ਰੈਫਰੈਂਸ ਨਜ਼ਰ ਆ ਰਹੀ ਹੋਏਗੀ ਜਿੱਥੋਂ ਪੰਜਾਬ ਸ਼ੁਰੂ ਹੋ ਰਿਹਾ ਤੇ ਜਿੱਥੇ ਪੰਜਾਬ ਖਤਮ ਹੋ ਰਿਹਾ, ਜੋ ਮੈਂ ਤੁਹਾਨੂੰ ਮੈਪ 'ਚ ਬਣਾ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ, ਓਵਰਆਲ ਨਕਸ਼ੇ ਦੇ ਉੱਤੇ ਕੁਝ ਇਸ ਤਰ੍ਹਾਂ ਨਜ਼ਰ ਆਏਗਾ। ਇਹ ਰੈਫਰੈਂਸ ਲੁਧਿਆਣੇ ਸ਼ਹਿਰ ਦੀ ਨਾਲ ਇਹਨਾਂ ਲਿੱਤੀ ਹੈ ਕਿ ਲੁਧਿਆਣਾ ਦੇਖੋ 30°, 55°C ਤੋਂ ਲੈ ਕੇ 75°, 54° ਤੱਕ ਮਿੰਟ ਤੱਕ ਸਥਿਤ ਹੈ। ਲੁਧਿਆਣੇ ਨੂੰ ਕੀ ਕਿਹਾ ਜਾਂਦਾ ਪੰਜਾਬ ਦਾ? ਮੈਨਚੈਸਟਰ, ਮੈਨਚੈਸਟਰ ਆਫ ਪੰਜਾਬ। ਲੁਧਿਆਣਾ ਇਸ ਕਾਲਡ ਐਸ ਮੈਨਚੈਸਟਰ ਆਫ ਪੰਜਾਬ, ਕਿਉਂਕਿ ਸਰ ਸਭ ਤੋਂ ਵੱਧ ਜੇ ਆਪਾਂ ਉਤਪਾਦ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਲੁਧਿਆਣੇ 'ਚ ਹੀ ਦੇਖਣ ਨੂੰ ਮਿਲਦਾ, ਪੂਰੀ ਇੰਡਸਟਰੀਲਾਈਜੇਸ਼ਨ ਇੱਥੇ ਹੀ ਹੈ। ਸੋ ਅੱਗੇ ਵੱਧਦੇ ਹਾਂ, ਹੁਣ ਦੇਖੋ ਅਗਲੀ ਸਲਾਈਡ ਦੇਖੋ ਆਪਾਂ ਕੀ ਕਹਿ ਰਹੇ ਹਾਂ, ਫਿਜ਼ੀਓਗ੍ਰਾਫੀ ਆਫ ਪੰਜਾਬ। ਜੇ ਆਪਾਂ ਪੰਜਾਬ ਦੀ ਭੌਤਿਕ ਸਥਿਤੀ ਦੇਖੀਏ, ਮਤਲਬ ਭੂਗੋਲਿਕ ਸਥਿਤੀ ਨੂੰ ਦੇਖਣ ਦੀ ਕੋਸ਼ਿਸ਼ ਕਰੀਏ, ਤਾਂ ਸਰ ਇਹਦੇ ਆਧਾਰ ਦੇ ਉੱਤੇ ਆਪਾਂ ਪੰਜਾਬ ਨੂੰ 4 ਹਿੱਸਿਆਂ 'ਚ ਵੰਡ ਸਕਦੇ ਹਾਂ। ਉਹ 4 ਹਿੱਸੇ ਕਿਹੜੇ ਨੇ? ਸਰ ਇੱਕ ਤਾਂ ਸ਼ਿਵਾਲਿਕ ਦੀਆਂ ਪਹਾੜੀਆਂ, ਨੰਬਰ 2 ਕੰਡੀ ਰੀਜਨ, ਇਹ ਕੀ ਹੈ ਕੀ ਨਹੀਂ ਹੁਣੇ ਤੁਹਾਨੂੰ ਸਮਝਾਉਣਾ ਵਾ, ਐਲੂਵੀਅਲ ਪਲੇਨ ਯਾਨੀ ਮੈਦਾਨ, ਅਤੇ ਸਭ ਤੋਂ ਅਖੀਰ ਤੇ ਸਾਊਥ ਵੈਸਟਰਨ ਸੈਂਡ ਡਿਊਨਸ, ਜਿਹਨੂੰ ਤੁਸੀਂ ਕੀ ਕਹਿੰਦੇ ਹੋ? ਟਿੱਬਿਆਂ ਦਾ ਇਲਾਕਾ, ਟਿੱਬਾ ਰੀਜਨ। ਯਾਨੀ ਮੈਂ ਜੇ ਕਹਿਣ ਦੀ ਕੋਸ਼ਿਸ਼ ਕਰਾਂ ਤੇ ਕੀ ਹੈ ਕਿ ਸਰ ਪੂਰੇ ਪੰਜਾਬ ਨੂੰ ਆਪਾਂ ਇਸ ਤਰੀਕੇ ਦੇ ਨਾਲ ਵੰਡ ਸਕਦੇ ਹਾਂ। ਇਹ ਪੂਰੇ ਮੈਪ ਨੂੰ ਦੇਖੋ ਇੱਕ ਵਾਰ, ਤੁਹਾਨੂੰ ਸਮਝ ਆਵੇਗਾ ਕਿ ਸਰ ਜੇ ਇਹ ਪੰਜਾਬ ਦਾ ਨੌਰਥ ਹੈ, ਇਹ ਸਾਊਥ ਹੋ ਗਿਆ ਦੱਖਣ, ਇਹ ਪੂਰਬ ਹੋ ਗਿਆ ਈਸਟ, ਤੇ ਇਹ ਹੋ ਗਿਆ ਪੱਛਮ ਵੈਸਟ। ਜੇ ਤੁਸੀਂ ਪੰਜਾਬ ਦੀ ਆ ਪੂਰੀ ਦੀ ਪੂਰੀ ਈਸਟਰਨ ਬਾਉਂਡਰੀ ਨੂੰ ਦੇਖੋ, ਆ ਵਾਲੀ ਬਾਉਂਡਰੀ, ਆ ਜਿੱਥੇ ਤੁਸੀਂ ਬਰਾਊਨ ਕਲਰ ਦੇਖਦੇ ਪਏ ਹੋ, ਮੈਂ ਮਾਰਕਿੰਗ ਵੀ ਨਾਲ ਇੱਥੇ ਗ੍ਰੀਨ ਦੇ ਨਾਲ ਕਰ ਦਿੰਦਾ, ਆ ਵਾਲੀ, ਆ ਜਿਹੜਾ ਤੁਸੀਂ ਸਾਰੇ ਦਾ ਸਾਰਾ ਏਰੀਆ ਦੇਖਦੇ ਪਏ ਹੋ, ਸਰ ਇਹ ਪੂਰੇ ਪੰਜਾਬ ਦੇ ਵਿੱਚ ਕਿਹੜਾ ਇਲਾਕਾ ਹੈ? ਸ਼ਿਵਾਲਿਕ ਮਾਊਂਟੇਨਸ ਜਾਂ ਸ਼ਿਵਾਲਿਕ ਹਿਲਸ, ਪਹਿਲਾ ਹਿੱਸਾ। ਯਾਨੀ ਜੇ ਆਪਾਂ ਪੰਜਾਬ ਦੇ ਨਕਸ਼ੇ ਦੇ ਉੱਤੇ ਦੇਖੀਏ ਤਾਂ ਆ ਪੂਰਾ ਖੇਤਰ ਸਾਨੂੰ ਪਹਾੜੀ ਇਲਾਕਾ ਨਜ਼ਰ ਆਵੇਗਾ। ਹੁਣ ਇੱਥੇ ਮੈਂ ਵਰਡ ਯੂਜ਼ ਕੀਤਾ ਸ਼ਿਵਾਲਿਕ ਹਿਲਸ, ਇੱਥੇ ਮੈਂ ਥੋੜਾ ਜਿਹਾ ਮਤਲਬ ਇਹਨੂੰ ਤੁਹਾਨੂੰ ਦੱਸਣਾ ਚਾਹਾਂਗਾ, ਇਹ ਸ਼ਿਵਾਲਿਕ ਹਿਲ ਸ਼ਬਦ ਕਿੱਥੋਂ ਆਇਆ? ਸਰ ਆਪਾਂ ਇੱਕ ਗੱਲ ਜਾਣਦੇ ਹਾਂ ਕਿ ਪੂਰੇ ਭਾਰਤ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਉੱਤਰ ਦੇ ਵਿੱਚ ਸਭ ਤੋਂ ਨੌਰਥ ਦੇ ਵਿੱਚ ਸਾਨੂੰ ਇੱਕ ਪਰਬਤ ਸ਼੍ਰੰਖਲਾ ਨਜ਼ਰ ਆਉਂਦੀ ਹੈ ਇੱਥੇ ਇਸ ਤਰੀਕੇ ਦੇ ਨਾਲ। ਇਹ ਕਿਹੜੀ ਪਰਬਤ ਸ਼੍ਰੰਖਲਾ ਹੈ? ਸਰ ਇਹਦਾ ਨਾਮ ਹੈ ਹਿਮਾਲਿਆਸ, ਆਪਾਂ ਸਾਰਿਆਂ ਨੇ ਸੁਣਿਆ ਵੀ ਹੋਏਗਾ ਹਿਮਾਲਿਆਸ। ਇਹ ਜਿਹੜਾ ਹਿਮਾਲਿਆ ਪਰਬਤ ਹੈ ਇਹ 3 ਹਿੱਸਿਆਂ 'ਚ ਵੰਡਿਆ ਹੋਇਆ, ਸਭ ਤੋਂ ਉੱਚੀ ਚੋਟੀਆਂ, ਫਿਰ ਉਸ ਤੋਂ ਨੀਵੀਂ ਚੋਟੀਆਂ, ਫਿਰ ਸਭ ਤੋਂ ਛੋਟੀ ਚੋਟੀਆਂ। ਜਿਹੜੀ ਸਭ ਤੋਂ ਉੱਚੀ ਚੋਟੀਆਂ ਨੇ ਇਹਨਾਂ ਨੂੰ ਕਿਹਾ ਜਾਂਦਾ ਹਿਮਾਦਰੀ, ਜਿਹੜੀਆਂ ਉਸ ਤੋਂ ਨੀਵੀਂ ਚੋਟੀਆਂ ਹਨ ਇਹਨਾਂ ਨੂੰ ਕਿਹਾ ਜਾਂਦਾ ਹਿਮਾਚਲ ਰੇਂਜ। ਇਹ ਹਿਮਾਚਲ ਪ੍ਰਦੇਸ਼ ਨਹੀਂ ਜੇ, ਹਿਮਾਚਲ ਰੇਂਜ ਜੇ, ਦੋਵੇਂ ਅਲੱਗ ਚੀਜ਼ਾਂ ਜੇ। ਉਸ ਤੋਂ ਬਾਅਦ ਜਿਹੜੀ ਸਭ ਤੋਂ ਛੋਟੀਆਂ ਪਹਾੜੀਆਂ ਨੇ ਇਹਨਾਂ ਨੂੰ ਕਿਹਾ ਜਾਂਦਾ ਸ਼ਿਵਾਲਿਕ। ਸੋ ਕਹਿਣ ਦਾ ਭਾਵ ਮੇਰਾ ਕੀ ਹੈ, ਜਿਹੜੇ ਪੰਜਾਬ ਨੂੰ ਪਹਾੜ ਲੱਗਦੇ ਨੇ ਇਹ ਕੋਈ ਬਹੁਤੇ ਉੱਚੇ ਪਹਾੜ ਨਹੀਂ ਹੈ। ਇਹਨਾਂ ਦੀ ਔਸਤਨ ਉਚਾਈ ਕਿੰਨੀ ਹੁੰਦੀ ਹੈ? ਸਰ ਲਗਭਗ 2000 ਮੀਟਰ ਦੇ ਆਸਪਾਸ। ਔਰ ਇਹਨਾਂ ਦੀ ਔਸਤਨ ਉਚਾਈ ਕਿੰਨੀ ਹੁੰਦੀ ਹੈ? ਸਰ ਲਗਭਗ 6000 ਮੀਟਰ ਦੇ ਆਸਪਾਸ। ਔਰ ਹਿਮਾਚਲ ਰੇਂਜ ਦੀ ਲਗਭਗ 4500 ਮੀਟਰ ਦੇ ਆਸਪਾਸ। ਸੋ ਸਰ ਜੇ ਆਪਾਂ ਪਰਬਤ ਸ਼੍ਰੰਖਲਾਵਾਂ 'ਚ ਦੇਖੀਏ ਤਾਂ ਇਹ ਸਭ ਤੋਂ ਛੋਟੇ ਪਹਾੜ ਨੇ ਜੋ ਪੰਜਾਬ 'ਚ ਲੱਗਦੇ ਪਏ ਨੇ। ਕੀ ਨਾਮ ਹੈ ਇਹਨਾਂ ਦਾ? ਸ਼ਿਵਾਲਿਕ ਦੇ ਪਹਾੜ। ਸੋ ਸਮਝ ਆਈ ਹੋਏਗੀ ਤੁਹਾਨੂੰ ਇਹ ਗੱਲ। ਫਿਰ ਤੁਹਾਨੂੰ ਇਹ ਲਾਈਟ ਬਰਾਊਨ ਕਲਰ ਦੇ ਵਿੱਚ ਕੁਝ ਡੋਟਿਡ ਰੀਜਨ ਨਜ਼ਰ ਆ ਰਿਹਾ ਹੋਵੇਗਾ, ਜਿੱਥੇ ਮੈਂ ਥੋੜਾ ਰੈੱਡ ਕਲਰ ਡਿਪਿਕਟ ਕਰ ਦਿੰਦਾ, ਸ਼ਾਇਦ ਤੁਹਾਨੂੰ ਉਹਨਾਂ ਥੋੜੀ ਜਲਦੀ ਕਲੀਅਰ ਹੋ ਜਾਏ। ਆਹ ਵਾਲਾ ਰੀਜਨ, ਆਹ ਵਾਲਾ ਜਿਹੜਾ ਰੀਜਨ ਤੁਸੀਂ ਦੇਖਦੇ ਪਏ ਹੋ, ਇਹਨੂੰ ਆਪਾਂ ਕਹਿੰਦੇ ਹਾਂ ਕੰਡੀ ਦਾ ਇਲਾਕਾ, ਕੰਡੀ ਦਾ ਇਲਾਕਾ ਜਾਂ ਕੰਡੀ ਰੀਜਨ। ਬੇਸਿਕਲੀ ਜਿੱਥੇ ਪਹਾੜ ਮੁੱਕਦੇ ਨੇ ਉਹਦੇ ਥੱਲੇ ਜਿਹੜਾ ਪਥਰੀਲਾ ਇਲਾਕਾ ਬਣਦਾ ਉਹਨੂੰ ਕੰਡੀ ਦਾ ਇਲਾਕਾ ਕਿਹਾ ਜਾਂਦਾ, ਜਿਹੜੇ ਸ਼੍ਰੀ ਅਨੰਦਪੁਰ ਸਾਹਿਬ ਵਾਲੀ ਬੈਲਟ, ਨੂਰਪੁਰ ਬੇਦੀ, ਇਹ ਸਾਰੀ ਤੁਹਾਨੂੰ ਇਹ ਵਾਲੀ ਬੈਲਟ ਨਜ਼ਰ ਆਵੇਗੀ। ਸਮਝਦੇ ਪਏ ਹੋ? ਉਸ ਤੋਂ ਬਾਅਦ ਜਿਹੜਾ ਹੈ ਤੁਸੀਂ ਪ੍ਰੈਫਰੇਬਲੀ ਇਹ ਗ੍ਰੀਨ ਕਲਰ ਸਾਰਾ ਦੇਖਦੇ ਪਏ ਹੋ, ਇਹ ਸਾਰੇ ਦਾ ਸਾਰਾ ਕਿਹੜਾ ਹੈ? ਐਲੂਵੀਅਲ ਪਲੇਨ, ਮੈਦਾਨੀ ਇਲਾਕਾ।
ਜੋ ਕਿ ਪੰਜਾਬ ਦਾ ਸਭ ਤੋਂ ਵੱਡਾ ਇਲਾਕਾ ਵੀ ਹੈ। 75% ਪੰਜਾਬ ਇਹ ਸਾਰਾ ਮੈਦਾਨੀ ਖੇਤਰ ਹੀ ਸਾਨੂੰ ਦਿਖੇਗਾ, ਪਹਾੜੀ ਇਲਾਕਾ ਨਾ ਦੇ ਬਰਾਬਰ, ਕੰਡੀ ਰੀਜਨ ਉਹਦੇ ਹੇਠਾਂ, ਬਾਕੀ ਸਭ ਤੋਂ ਵੱਡਾ ਰੀਜਨ ਸਾਨੂੰ ਇਹੀ ਦਿਖੇਗਾ। ਬਟ ਜੇ ਤੁਸੀਂ ਪੰਜਾਬ ਦਾ ਨੌਰਥ, ਸਾਊਥ, ਈਸਟ, ਵੈਸਟ, ਆ ਕਿਹੜਾ ਇਲਾਕਾ ਵੇਖਦੇ ਪਏ ਹੋ? ਸਾਊਥ ਵੈਸਟਰਨ ਪਾਰਟ, ਆਹ ਵਾਲਾ ਇਲਾਕਾ ਦੇਖੋਗੇ ਤਾਂ ਇਹ ਕਿਹੜਾ ਰੀਜਨ ਹੈ? ਸਰ ਸੈਂਡ ਡਿਊਨ, ਯਾਨੀ ਟਿੱਬਿਆਂ ਦਾ ਇਲਾਕਾ, ਇਹ ਪੂਰੇ ਦਾ ਪੂਰਾ ਟਿੱਬਾ ਰੀਜਨ ਹੈ। ਅਬੋਹਰ, ਫਾਜ਼ਿਲਕਾ, ਫਰੀਦਕੋਟ, ਮਾਨਸਾ, ਬਠਿੰਡੇ ਦਾ ਇਲਾਕਾ, ਇਹ ਸਾਰਾ ਏਰੀਆ ਤੁਹਾਨੂੰ ਕਿਹੜਾ ਨਜ਼ਰ ਆਵੇਗਾ? ਸਰ ਸਾਰੇ ਦਾ ਸਾਰਾ ਆਲਮੋਸਟ ਸੈਂਡ ਡਿਊਨ, ਯਾਨੀ ਰੇਤਲੀ ਮਿੱਟੀ ਹੈ ਇੱਥੇ ਸਾਨੂੰ ਦੇਖਣ ਨੂੰ ਮਿਲੇਗੀ। ਰੇਤਲੀ ਮਿੱਟੀ ਸ਼ਬਦ ਸਮਝ ਰਹੇ ਹੋ? ਯਾਨੀ ਕਹਿਣ ਦਾ ਭਾਵ ਕਿ ਸਰ ਇਸ ਇਲਾਕੇ ਦੇ ਵਿੱਚ ਡਰੇਨੇਜ ਸਿਸਟਮ ਬਹੁਤਾ ਵਧੀਆ ਨਹੀਂ ਹੈ ਸਾਨੂੰ, ਕਿਉਂਕਿ ਤੁਸੀਂ ਦੇਖੋਗੇ ਨਾ ਭਾਰਤ ਦੇ ਨਕਸ਼ੇ ਦੇ ਉੱਤੇ ਇਹਦੇ ਨਾਲ ਹੀ ਤੁਹਾਨੂੰ ਐਕਸਟੈਂਸ਼ਨ ਨਜ਼ਰ ਆਏਗੀ ਥਾਰ ਡੈਜ਼ਰਟ ਦੀ, ਮੇਨ ਜਿਹੜਾ ਸਾਡਾ ਮਾਰੂਥਲ ਹੈ ਉਹਦੀ ਹਲਕੀ ਜਿਹੀ ਐਕਸਟੈਂਸ਼ਨ ਪੰਜਾਬ ਨੂੰ ਵੀ ਲੱਗਦੀ ਹੈ, ਪੰਜਾਬ ਦੇ ਸਭ ਤੋਂ ਹੇਠਲੇ ਰੀਜਨ ਦੇ ਵਿੱਚ ਜਿਹਨੂੰ ਆਪਾਂ ਸੈਂਡ ਡਿਊਨਡ ਏਰੀਆ ਕਹਿ ਰਹੇ ਹਾਂ। ਔਰ ਆਹ ਜਿਹੜਾ ਤੁਸੀਂ ਪੂਰਾ ਬਲੂਇਸ਼ ਏਰੀਆ ਦੇਖਦੇ ਪਏ ਹੋ, ਇਹ ਵਾਲਾ ਏਰੀਆ ਜਿਹੜਾ ਨੀਲੇ ਰੰਗ ਦੇ ਨਾਲ ਨਦੀਆਂ ਦਿਖਾਈਆਂ ਗਈਆਂ ਨੇ, ਪ੍ਰਾਈਮੈਰੀਲੀ ਇਹ ਸਾਰੇ ਦਾ ਸਾਰਾ ਰੀਜਨ ਆਪਾਂ ਫਲੱਡਿਡ ਰੀਜਨ ਕਹਿੰਦੇ ਹਾਂ। ਕਿਹੜੇ ਕਿਹੜੇ ਦਰਿਆ ਇਸ ਵੇਲੇ ਮੌਜੂਦਾ ਪੰਜਾਬ 'ਚ ਨੇ? ਸਰ ਇੱਕ ਹੈ ਰਾਵੀ, ਫਿਰ ਇੱਧਰ ਹੈ ਬਿਆਸ, ਫਿਰ ਇਹ ਹੈ ਸਤਲਜ। ਇਸ ਵੇਲੇ ਪੰਜਾਬ ਦੇ ਵਿੱਚ ਸਿਰਫ ਮਾਡਰਨ ਡੇ ਪੰਜਾਬ ਦੇ ਵਿੱਚ 3 ਦਰਿਆ ਨੇ। ਮੈਂ ਤੁਹਾਨੂੰ ਜਦੋਂ ਪਹਿਲਾਂ ਲੈਕਚਰ ਕੀਤਾ ਸੀਗਾ ਉਹ 'ਚ ਤੁਹਾਨੂੰ ਦੱਸਿਆ ਸੀਗਾ ਸਪਤ ਸਿੰਧੂ ਕਿਹਾ ਗਿਆ ਸੀ ਸਾਨੂੰ, 7 ਦਰਿਆਵਾਂ ਦੀ ਧਰਤੀ, ਫਿਰ ਪੰਜ ਨਦ ਕਿਹਾ ਗਿਆ 5 ਦਰਿਆਵਾਂ ਦੀ ਧਰਤੀ, ਔਰ ਅੱਜ ਸਿਰਫ ਨਾਮ ਹੀ ਪੰਜਾਬ ਹੈ ਬਟ ਦਰਿਆ ਤਾਂ 3 ਹੈ, 3 ਦੇ ਵੀ ਸਿਰਫ 2.5 ਹੈ। ਇਹ ਰਾਵੀ ਦਰਿਆ ਤਾਂ ਅੱਧਾ ਭਾਰਤ ਦੇ ਵਿੱਚ ਅੱਧਾ ਪਾਕਿਸਤਾਨ ਦੇ ਵਿੱਚ, ਭਾਰਤ ਅਤੇ ਪਾਕਿਸਤਾਨ ਦੇ ਵਿੱਚ ਹੀ ਚੱਲਦਾ ਹੋਇਆ, ਅਜਨਾਲੇ ਦੇ ਲਾਗੋ ਪਾਕਿਸਤਾਨ ਵਿਖੇ ਦਾਖਲ ਹੋ ਜਾਂਦਾ, ਉਸ ਤੋਂ ਬਾਅਦ ਪੂਰੇ ਇੰਡੀਆ ਦੇ ਵਿੱਚ ਵਾਪਿਸ ਨਹੀਂ ਆਉਂਦਾ। ਸੋ ਲਗਭਗ 2.5 ਦਰਿਆਵਾਂ ਦੀ ਧਰਤੀ ਹੈ ਇਸ ਵੇਲੇ ਮੌਜੂਦਾ ਪੰਜਾਬ ਜੇ ਦੇਖਿਆ ਜਾਵੇ, ਰਾਵੀ, ਬਿਆਸ ਤੇ ਸਤਲੁਜ। ਅੱਗੇ ਜਿਵੇਂ ਜਿਵੇਂ ਡਿਸਕਸ਼ਨ ਵਧੇਗਾ ਸਾਰਾ ਕੁਝ ਆਏਗਾ। ਅਗਲਾ ਲੈਕਚਰ ਜਿਹੜਾ ਹੋਵੇਗਾ ਡਰੇਨੇਜ ਸਿਸਟਮ, ਫੁੱਲ ਫਲੈਜ ਡਿਸਕਸ਼ਨ ਕਰਾਵਾਂਗਾ, ਕਿੱਥੋਂ ਇਹ ਦਰਿਆ ਨਿਕਲਦੇ ਪਏ ਨੇ, ਪੰਜਾਬ 'ਚ ਕਿੱਥੋਂ ਦਾਖਲ ਹੋ ਰਹੇ ਨੇ, ਕਿਹੜੇ ਕਿਹੜੇ ਜ਼ਿਲ੍ਹੇ ਇਹਦੇ ਨਾਲ ਲੱਗਦੇ ਪਏ ਨੇ, ਕਿਸ ਤਰ੍ਹਾਂ ਦੀ ਉੱਥੋਂ ਦੀ ਜੀਓਗ੍ਰਾਫੀਕਲ ਲਾਈਫ ਹੈ ਸਾਰਾ ਆਪਾਂ ਉਹ 'ਚ ਸਮਝਾਂਗੇ। ਨੈਕਸਟ ਸਲਾਈਡ ਤੇ ਦੇਖਦੇ ਹਾਂ। ਦੇਖੋ ਸਭ ਤੋਂ ਪਹਿਲਾਂ ਆਇਆ ਸ਼ਿਵਾਲਿਕ ਹਿਲਸ, ਜਿਹੜਾ ਸਭ ਤੋਂ ਪਹਿਲਾਂ ਫੀਚਰ ਹੈ ਪੰਜਾਬ ਦਾ, ਸ਼ਿਵਾਲਿਕ ਹਿਲਸ। ਦੇਖੋ ਕੀ ਕਿਹਾ ਗਿਆ, ਦੇ ਆਰ ਲੋਕੇਟਿਡ ਔਨ ਦਾ ਈਸਟਰਨ ਪਾਰਟ ਆਫ ਦੀ ਪੰਜਾਬ। ਮੈਂ ਪਹਿਲੇ ਤੁਹਾਨੂੰ ਮੈਪ 'ਚ ਹੀ ਦੱਸ ਚੁੱਕਿਆ ਵਾਂ, ਇਟ ਰਫਲੀ ਕਵਰਸ ਦਾ ਏਰੀਆ ਆਫ 2.67%, ਯਾਨੀ ਲਗਭਗ 2.5% ਦੇ ਕਰੀਬ ਹੀ ਹੈ ਸਰ ਪੰਜਾਬ ਦੇ ਕੁੱਲ ਖੇਤਰਫਲ ਦਾ ਪਹਾੜੀ ਇਲਾਕਾ। ਇਟਸ ਵਿਥ ਰੇਂਜਿਸ ਫਰੋਮ 5 ਕਿਲੋਮੀਟਰ ਤੋਂ ਲੈ ਕੇ 12 ਕਿਲੋਮੀਟਰ, ਯਾਨੀ ਜਿਹੜੀ ਇਹਦੀ ਚੌੜਾਈ ਹੈ ਨਾ ਉਹ ਲਗਭਗ ਕਿਤੇ ਕਿਤੇ 5 ਕਿਲੋਮੀਟਰ ਦੀ ਹੈ, ਕਿਤੇ ਕਿਤੇ 12 ਕਿਲੋਮੀਟਰ ਦੀ ਹੈ, ਕੋਈ ਬਹੁਤੇ ਜ਼ਿਆਦਾ ਲੰਬੀ ਚੌੜੀ ਚੜਾਈ ਨਹੀਂ ਹੈਗੀ, ਯਾਨੀ ਇਹਨਾਂ ਦੀ ਚੌੜਾਈ ਵੀ ਥੋੜੀ ਹਿਸਾਬ ਦੀ ਹੋਈ ਹੈ। ਇਟ ਐਕਸਟੈਂਡਸ ਫਰੋਮ ਰਾਵੀ ਇਨ ਦਾ ਨੌਰਥ ਟੂ ਰਿਵਰ ਘੱਗਰ ਇਨ ਦਾ ਸਾਊਥ। ਮੈਂ ਫਿਲਹਾਲ ਜਿਹੜੀਆਂ ਡਿਸਕਸ਼ਨਸ ਕੀਤੀਆਂ ਉਹ 'ਚ ਘੱਗਰ ਦਰਿਆ ਦਾ ਕੋਈ ਜ਼ਿਕਰ ਨਹੀਂ ਸੀ ਆਇਆ, ਬਟ ਮੈਂ ਹੁਣੇ ਤੁਹਾਨੂੰ ਦੱਸਾਂਗਾ ਵੀ ਫੋਰ ਅਬਾਊਟ 280 ਕਿਲੋਮੀਟਰ, ਵੀਅਰ ਐਜ ਰਿਵਰ ਬਿਆਸ ਐਂਡ ਸਤਲੁਜ ਬ੍ਰੇਕਸ ਦਾ ਕੰਟੀਨਿਊਟੀ। ਹੁਣ ਇਸ ਚੀਜ਼ ਨੂੰ ਵਾਪਿਸ ਮੈਪ ਦੇ ਉੱਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਦੇਖੋ ਮੈਂ ਕੀ ਕਿਹਾ, ਇਹ ਪਹਾੜੀ ਇਲਾਕਾ ਇੱਥੋਂ ਸ਼ੁਰੂ ਹੋ ਰਿਹਾ ਤੇ ਇਹ ਕਿਹੜਾ ਦਰਿਆ ਸੀਗਾ? ਰਾਵੀ ਤੋਂ ਸਰ ਸ਼ੁਰੂ ਹੋ ਰਿਹਾ ਔਰ ਕਿੱਥੇ ਆ ਕੇ ਖਤਮ ਹੋ ਰਿਹਾ? ਤੁਸੀਂ ਇਹ ਡੋਟਡ ਲਾਈਨ ਦੇਖ ਪਾ ਰਹੇ ਹੋ, ਹਲਕੀ ਹਲਕੀ ਡੋਟਡ ਲਾਈਨ ਆ ਵਾਲੀ ਸਕਾਈ ਬਲੂ ਕਲਰ 'ਚ ਤੁਹਾਨੂੰ ਨਜ਼ਰ ਆਏਗੀ। ਮੈਂ ਫਿਰ ਵੀ ਉੱਥੇ ਰੈੱਡ ਕਲਰ ਨਾਲ ਮਾਰਕਿੰਗ ਦੇ ਦੇਣਾ, ਸ਼ਾਇਦ ਤੁਹਾਨੂੰ ਨਾ ਨਜ਼ਰ ਆ ਰਹੀ ਹੋਵੇ ਸਕਰੀਨ ਦੇ ਉੱਤੇ, ਆ ਵਾਲੀ। ਸਰ ਇਹੀ ਹੈ ਰਿਵਰ ਘੱਗਰ ਜੋ ਪ੍ਰਾਈਮੈਰੀਲੀ ਤੁਹਾਨੂੰ ਪਟਿਆਲੇ ਦੇ ਵਿੱਚ ਦੇਖਣ ਨੂੰ ਮਿਲੇਗੀ। ਇਹ ਘੱਗਰ ਦਰਿਆ ਹਰਿਆਣੇ ਤੋਂ ਹੁੰਦਾ ਹੋਇਆ, ਅਗਰ ਆਪਾਂ ਇਹਦਾ ਓਰੀਜਨ ਦੇਖੀਏ ਤੇ ਹਿਮਾਚਲ ਤੋਂ ਹਰਿਆਣਾ, ਹਰਿਆਣੇ ਤੋਂ ਪੰਜਾਬ 'ਚ ਦਾਖਲ ਹੁੰਦਾ ਅਤੇ ਪੰਜਾਬ ਦੇ ਸਾਊਥ ਈਸਟਰਨ ਭਾਗ 'ਚੋਂ ਹੁੰਦਾ ਹੋਇਆ ਰਾਜਸਥਾਨ ਵਿਖੇ ਚਲੇ ਜਾਂਦਾ। ਸਰ ਫਿਰ SYL ਦੀ ਕੀ ਲੋੜ ਸੀ? ਮੈਂ ਵੀ ਮੁੱਦੇ ਤੇ ਡਿਸਕਸ਼ਨ ਕਰਾਂਗਾ ਅਗਲੀ ਕਲਾਸ ਦੇ ਵਿੱਚ, ਪੰਜਾਬ ਦਾ ਕਾਫੀ ਮੇਨ ਮੁੱਦਿਆਂ ਦੇ ਵਿੱਚੋਂ ਇੱਕ ਹੈ SYL। ਫਿਰ SYL ਦੀ ਕੀ ਲੋੜ ਹੈ ਜੇ ਹਰਿਆਣੇ ਕੋਲ ਇਹ ਦਰਿਆ ਹੈਗਾ ਆਲਰੇਡੀ ਤੇ?
ਇਸ ਕਰਕੇ ਲੋੜ ਹੈ ਜਾਂ ਇਸ ਕਰਕੇ ਉਹਦੀ ਮੰਗ ਕੀਤੀ ਜਾਂਦੀ ਹੈ ਕਿਉਂਕਿ ਇਹ ਜਿਹੜਾ ਦਰਿਆ ਹੈ ਨਾ ਘੱਗਰ ਦਰਿਆ, ਇਹ ਸਿਰਫ ਅਤੇ ਸਿਰਫ ਕਿਹੜਾ ਦਰਿਆ ਹੈ? ਸੀਜ਼ਨਲ। ਯਾਨੀ ਆਹ ਜਿਹੜੇ ਤਿੰਨ ਰਿਵਰ ਨੇ ਨਾ, ਰਾਵੀ, ਬਿਆਸ ਤੇ ਸਤਲੁਜ, ਇਹ ਪੂਰੇ ਸਾਲ ਆਪਣੇ ਅੰਦਰ ਪਾਣੀ ਰੱਖਦੇ ਹਨ। ਸਰਦੀਆਂ ਦੇ ਵਿੱਚ ਵੀ ਗਲੇਸ਼ੀਅਰ ਪਿਘਲਦਾ ਰਹਿੰਦਾ, ਪਾਣੀ ਆਉਂਦਾ ਰਹਿੰਦਾ, ਲੇਕਿਨ ਆਹ ਜਿਹੜਾ ਘੱਗਰ ਦਰਿਆ ਇਹ ਸਿਰਫ ਇਸੇ ਮੌਸਮ 'ਚ, ਜਿਹੜਾ ਬਰਸਾਤੀ ਮੌਸਮ ਹੈ, ਮੌਨਸੂਨ ਜਦੋਂ ਆਉਂਦਾ, ਸਿਰਫ ਉਹਨਾਂ ਦਿਨਾਂ 'ਚ ਪਾਣੀ ਆਵੇਗਾ। ਪਿਛਲੇ ਸਾਲ ਜਿਹੜਾ ਪਟਿਆਲੇ 'ਚ ਹੜ੍ਹ ਆਇਆ ਸੀਗਾ ਉਹ ਇਸੇ ਰਿਵਰ ਦੇ ਕਰਕੇ ਓਵਰਫਲੋ ਕਰਕੇ ਆਇਆ ਸੀ, ਜਿਹਨੂੰ ਘੱਗਰ ਦਰਿਆ ਜਾਂ ਜਿਹਨੂੰ ਸਰਸਵਤੀ ਦਰਿਆ ਵੀ ਕਿਹਾ ਜਾਂਦਾ। ਸਮਝ ਰਹੇ ਹੋ? ਸੋ ਮੈਂ ਕੀ ਕਿਹਾ ਕਿ ਜਿਹੜਾ ਪਹਾੜੀ ਇਲਾਕਾ ਉਹ ਰਾਵੀ ਤੋਂ ਸ਼ੁਰੂ ਹੋ ਰਿਹਾ ਤੇ ਘੱਗਰ ਤੇ ਖਤਮ ਹੋ ਰਿਹਾ, ਔਰ ਲਗਭਗ ਲਗਭਗ ਇਹ ਕਿੰਨੀ ਦੂਰੀ ਹੈ, ਕਿੰਨੀ ਲੈਂਥ ਹੈ? 280 ਕਿਲੋਮੀਟਰ ਦੀ ਲੈਂਥ ਹੈ। ਗੱਲ ਸਮਝ ਆ ਗਈ? ਸੋ ਨੈਕਸਟ ਅੱਗੇ ਵੱਧਦੇ ਹਾਂ। ਦੇਖੋ ਜਿਹੜੇ ਪੂਰੇ ਪਹਾੜੀ ਇਲਾਕੇ ਨੇ ਜਾਂ ਪੂਰੇ ਪਹਾੜ ਨੇ ਜਿਹੜੇ ਪੰਜਾਬ ਦੇ, ਉਹ ਪੰਜਾਬ ਦੇ 5 ਜ਼ਿਲ੍ਹਿਆਂ ਚੋਂ ਨਿਕਲਦੇ ਹਨ। ਕਿਹੜੇ ਕਿਹੜੇ? ਸਰ, ਗੁਰਦਾਸਪੁਰ ਨੂੰ ਸਿਰਫ ਟੱਚ ਕਰਦੇ ਨੇ, ਮੇਜਰ ਪਾਰਟ ਦਾ ਹੁਸ਼ਿਆਰਪੁਰ ਦੇ ਵਿੱਚ ਹੈ, ਫਿਰ ਰੂਪਨਗਰ ਜਿਹਨੂੰ ਪਹਿਲਾਂ ਰੋਪੜ ਵੀ ਕਿਹਾ ਜਾਂਦਾ ਰਿਹਾ, ਪਠਾਨਕੋਟ ਅਤੇ ਨਵਾਂਸ਼ਹਿਰ। ਇਹ 5 ਜ਼ਿਲ੍ਹਿਆਂ ਦੇ ਵਿੱਚ ਸਾਨੂੰ ਇਹ ਪਹਾੜ ਨਜ਼ਰ ਆਉਂਦੇ ਨੇ। ਹਾਲਾਂਕਿ ਗੁਰਦਾਸਪੁਰ ਦੀ ਜੇ ਮੈਂ ਰੈਫਰੈਂਸ ਲਵਾਂ, ਸਿਰਫ ਬਾਰਡਰ ਟੱਚ ਹੋ ਰਿਹਾ, ਜਦੋਂ ਪਠਾਨਕੋਟ ਤੇ ਗੁਰਦਾਸਪੁਰ ਅੱਡ ਹੋਇਆ ਸਿਰਫ ਉਹਦੇ ਬਾਰਡਰ ਤੋਂ ਨਿਕਲਦੇ ਨੇ, ਕੋਈ ਜ਼ਿਆਦਾ ਮੇਜਰ ਰੋਲ ਨਹੀਂ ਹੈਗਾ। ਮੇਜਰ ਇਹ ਤੈਨੂੰ ਇਹ ਸਿਟੀਜ਼ 'ਚ ਦੇਖਣ ਨੂੰ ਮਿਲਣਗੇ, ਹੁਸ਼ਿਆਰਪੁਰ, ਰੂਪਨਗਰ, ਪਠਾਨਕੋਟ ਤੇ ਨਵਾਂਸ਼ਹਿਰ, ਬਟ ਗੁਰਦਾਸਪੁਰ ਸਿਰਫ ਨਾਮ ਦੇ ਹੀ ਹਨ। ਨੈਕਸਟ ਸਲਾਈਡ ਤੇ ਚੱਲਦੇ ਹਾਂ। ਦੇਖੋ, ਸ਼ਿਵਾਲਿਕ ਫਾਰਮਸ ਆ ਬਾਉਂਡਰੀ ਬਿਟਵੀਨ ਦਾ ਫਿਜ਼ੀਕਲ ਫੀਚਰਸ ਆਫ ਹਿਮਾਲਿਆਸ ਐਂਡ ਦਾ ਗ੍ਰੇਟ ਪਲੇਨਸ ਦੈਟ ਇਜ਼ ਇੰਡਸ ਇਨ ਪੰਜਾਬ। ਸ਼ਿਵਾਲਿਕ ਆਰ ਫਰਦਰ ਡਿਵਾਈਡਡ ਇਨ ਟੂ ਦੀ 3 ਸਬ ਡਿਵੀਜ਼ਨਸ। ਜਿਹੜੇ ਆ ਸ਼ਿਵਾਲਿਕ ਦੀਆਂ ਪਹਾੜੀਆਂ ਨੇ, ਇਹ ਇੱਕ ਤਰ੍ਹਾਂ ਦੀ ਬਾਉਂਡਰੀ ਬਣਾ ਰਿਹਾ ਵਾ, ਇੱਕ ਤਰ੍ਹਾਂ ਦਾ ਮਤਲਬ ਤੁਸੀਂ ਕਹਿ ਰਹੇ ਹੋ ਟ੍ਰਾਂਸਫੋਰਮੇਸ਼ਨ ਏਰੀਆ ਹੈ, ਜੋ ਕਿ ਉੱਚੇ ਪਹਾੜ ਤੇ ਪੰਜਾਬ ਦੇ ਮੈਦਾਨ ਦੇ ਵਿਚਕਾਰ ਸ਼ਿਵਾਲਿਕ ਦੀਆਂ ਪਹਾੜੀਆਂ ਖੜੀਆਂ ਨੇ। ਠੀਕ ਹੈ, ਬਹੁਤੀਆਂ ਉੱਚੀਆਂ ਤੇ ਹੈ ਨਹੀਂ, ਕੋਈ ਵੈਦਰ ਫੀਨੋਮੀਨਾ 'ਚ ਕੋਈ ਬਹੁਤਾ ਰੋਲ ਨਹੀਂ ਹੈ ਇਹਨਾਂ ਦਾ। ਸੋ ਇਹ ਜਿਹੜਾ ਐਜ਼ ਅ ਮਤਲਬ ਤੁਸੀਂ ਕਹੋ ਬਾਰਡਰ ਲਾਈਕ ਹੈਗਾ, ਉੱਚੀਆਂ ਪਹਾੜੀਆਂ ਤੇ ਪੰਜਾਬ ਦੇ ਮੈਦਾਨੀ ਖੇਤਰਾਂ ਦੇ ਵਿੱਚ। ਅਤੇ ਜੇ ਇੱਥੇ ਆਪਾਂ ਸਮਝੀਏ ਸਰ, ਇਹ ਜਿਹੜੇ ਨੇ ਇਹ 3 ਹਿੱਸਿਆਂ 'ਚ ਵੰਡੇ ਹੋਏ ਨੇ, ਉਹ ਕਿਹੜੇ ਨੇ? ਪਠਾਨਕੋਟ ਦੀਆਂ ਪਹਾੜੀਆਂ, ਹੁਸ਼ਿਆਰਪੁਰ ਦੀਆਂ ਪਹਾੜੀਆਂ ਤੇ ਰੋਪੜ ਦੀਆਂ ਪਹਾੜੀਆਂ। ਇਹ ਜਿਹੜੀਆਂ 3 ਹਿੱਸਿਆਂ 'ਚ ਆਪਾਂ ਵੰਡੀਆਂ ਨੇ, ਪਠਾਨਕੋਟ, ਹੁਸ਼ਿਆਰਪੁਰ ਤੇ ਰੋਪੜ, ਇਹ ਕਿਸ ਤਰਜ ਤੇ ਨੇ ਉਸ ਨੂੰ ਸਮਝ ਲਓ। ਸਰ, ਜਿਹੜੇ ਪਠਾਨਕੋਟ ਦੇ ਪਹਾੜ ਹਨ, ਇਹ ਆਪਾਂ ਮੰਨਦੇ ਹਾਂ ਰਾਵੀ ਤੇ ਬਿਆਸ ਦੇ ਵਿੱਚ ਵਾਲਾ ਹਿੱਸਾ। ਹੁਣ ਮੈਂ ਤੁਹਾਨੂੰ ਮੈਪ ਤੇ ਵੀ ਦਿਖਾਵਾਂਗਾ। ਹੁਸ਼ਿਆਰਪੁਰ ਦੇ ਪਹਾੜ ਸਤਲੁਜ ਤੇ ਬਿਆਸ ਦਾ ਵਿਚਕਾਰ ਵਾਲਾ ਹਿੱਸਾ, ਤੇ ਰੋਪੜ ਸਤਲੁਜ ਤੋਂ ਹੇਠਾਂ ਵਾਲਾ ਹਿੱਸਾ। ਮੈਪ ਤੇ ਦੇਖੋ, ਜਲਦੀ ਕਲੀਅਰ ਹੋ ਜਾਏਗਾ। ਮੈਂ ਇੱਕ ਵਾਰੀ ਇਹਨੂੰ ਕਲੀਅਰ ਵੀ ਕਰ ਦਿੰਦਾ ਮੈਪ ਨੂੰ। ਦੇਖੋ, ਜੇਕਰ ਤੁਸੀਂ ਇੱਥੋਂ ਰਿਵਰਸ ਦੇਖੋਗੇ, ਆਹ ਦੇਖੋ ਰਾਵੀ ਰਿਵਰ ਤੇ ਆਹ ਆ ਗਈ ਤੁਹਾਡੀ, ਦੈਟ ਇਜ਼ ਬਿਆਸ ਰਿਵਰ। ਸਰ, ਇਹਦੇ ਵਿਚਾਲੇ ਜਿਹੜੇ ਪਹਾੜ ਹਨ, ਇਹਨਾਂ ਨੂੰ ਆਪਾਂ ਕਹਿਤਾ ਪਠਾਨਕੋਟ ਹਿਲਸ। ਫਿਰ ਬਿਆਸ ਤੇ ਸਤਲੁਜ ਦੇ ਵਿਚਾਲੇ ਜਿਹੜੇ ਪਹਾੜ ਹਨ, ਇਹਨਾਂ ਨੂੰ ਆਪਾਂ ਕਹਿਤਾ ਹੁਸ਼ਿਆਰਪੁਰ ਹਿਲਸ। ਔਰ ਜਿਹੜੇ ਸਤਲੁਜ ਤੋਂ ਹੇਠਾਂ ਤੇ ਘੱਗਰ ਤੱਕ ਪਹਾੜ ਹਨ, ਇਹਨਾਂ ਨੂੰ ਆਪਾਂ ਕਹਿਤਾ ਰੋਪੜ ਹਿਲਸ। ਆਈ ਹੋਪ ਇਹ ਗੱਲ ਤੁਹਾਨੂੰ ਸਮਝ ਆ ਗਈ ਹੋਗੀ ਹੁਣ ਕਿ ਓਵਰਆਲ ਜਿਹੜੇ ਪੰਜਾਬ ਦੇ ਪਹਾੜ ਹਨ, ਇਹ 3 ਭਾਗਾਂ 'ਚ ਆਪਾਂ ਵੰਡੇ ਨੇ। 3 ਭਾਗ ਕਿਹੜੇ ਨੇ? ਪਠਾਨਕੋਟ, ਹੁਸ਼ਿਆਰਪੁਰ ਤੇ ਰੋਪੜ। ਇਹ ਕਿਵੇਂ ਵੰਡੇ ਗਏ? ਸਰ, ਵਿਚਕਾਰੋਂ ਜਿਹੜੀਆਂ ਰਿਵਰਸ ਨਿਕਲਦੀਆਂ ਪਈਆਂ ਨੇ। ਕਲੀਅਰ? ਸੋ ਨੈਕਸਟ ਅੱਗੇ ਵੱਧਦੇ ਹੁਣ ਸਲਾਈਡ ਦੇ ਉੱਤੇ, ਅਗਲੇ ਫੀਚਰ ਵੱਲ ਚੱਲਦੇ ਹਾਂ। ਆਹ ਦੇਖੋ, ਤੁਹਾਨੂੰ ਮੈਪ ਦੇ ਉੱਤੇ ਵੀ ਪੂਰਾ ਪੂਰਾ ਕਲੀਅਰ ਕੱਟ ਨਜ਼ਰ ਆ ਗਿਆ ਹੋਏਗਾ। ਰਾਵੀ, ਇਹ ਬਿਆਸ ਹੈ ਤੇ ਇਹ ਤੁਹਾਡਾ ਸਤਲੁਜ ਰਿਵਰ। ਆਹ ਓਵਰਆਲ ਇੱਕ ਪਹਾੜੀ ਇਲਾਕਾ ਆ ਗਿਆ, ਇਹ ਸੈਕਿੰਡ ਆ ਗਿਆ, ਇਹ ਥਰਡ ਆ ਗਿਆ, ਇਹ ਪਠਾਨਕੋਟ, ਇਹ ਹੁਸ਼ਿਆਰਪੁਰ ਤੇ ਇਹ ਜਿਹੜਾ ਰੋਪੜ ਦੇ ਪਹਾੜ। ਕਲੀਅਰ?
ਹਾਂਜੀ ਨੈਕਸਟ ਸਲਾਈਡ ਵੱਲ ਚੱਲਦੇ ਹਾਂ ਜੀ ਅੱਗੇ ਅੱਗੇ ਦੇਖੋ ਸਾਡਾ ਅਗਲਾ ਕਿਹੜਾ ਫੀਚਰ ਹੈ ਜੇ ਆਪਾਂ ਪੰਜਾਬ ਦੇ ਸੰਬੰਧ 'ਚ ਦੇਖੀਏ ਤਾਂ ਦੈਟ ਇਜ਼ ਕੰਢੀ ਰੀਜਨ। ਆਪਾਂ ਸਟਾਰਟਿੰਗ 'ਚ ਹੀ ਗੱਲ ਕੀਤੀ ਸੀਗੀ ਕੰਢੀ ਰੀਜਨ ਸਰ ਸਾਡੇ ਜਿਹੜੇ ਫੀਚਰ ਸੀਗੇ ਫਿਜ਼ੀਕਲ ਫੀਚਰ ਪੰਜਾਬ ਦੇ ਉਹ ਕਿਹੜੇ ਕਿਹੜੇ ਸੀਗੇ ਸਰ? ਸਭ ਤੋਂ ਪਹਿਲਾਂ ਹਿਮਾਲਿਅਨ ਸਿਸਟਮ ਜਾਂ ਮਾਊਂਟੇਨੀਅਸ ਸਿਸਟਮ ਜਿਹਨਾਂ ਨੂੰ ਆਪਾਂ ਕਿਹੜੇ ਮਾਊਂਟੇਨਸ ਕਿਹਾ ਸੀ? ਸ਼ਿਵਾਲਿਕ ਦੀਆਂ ਪਹਾੜੀਆਂ। ਦੂਸਰੇ ਨੰਬਰ ਤੇ ਕਿਹੜਾ ਸੀਗਾ ਸਰ? ਦੂਸਰੇ ਨੰਬਰ ਤੇ ਸਾਡਾ ਆ ਜਾਂਦਾ ਦੈਟ ਇਜ਼ ਸਬ ਮਾਊਂਟੇਨੀਅਸ ਰੀਜਨ ਜਿਹਨੂੰ ਆਪਾਂ ਕੀ ਕਹਿ ਰਹੇ ਹਾਂ? ਦੈਟ ਇਜ਼ ਕੰਢੀ ਰੀਜਨ, ਲੋਕਲ ਭਾਸ਼ਾ ਸਰ ਇਹਨੂੰ ਕੰਢੀ ਦਾ ਇਲਾਕਾ ਕਿਹਾ ਜਾਂਦਾ। ਕੀ ਆ? ਦੇਖੋ ਇਟ ਇਜ਼ ਅ ਟ੍ਰਾਂਜੀਸ਼ਨਲ ਜ਼ੋਨ ਬਿਟਵੀਨ ਦੀ ਸ਼ਿਵਾਲਿਕ ਐਂਡ ਦਾ ਪਲੇਨ ਏਰੀਆ। ਸਰ ਜੇ ਆਪਾਂ ਪੰਜਾਬ ਦੇ ਸੰਬੰਧ 'ਚ ਦੇਖੀਏ, ਪੰਜਾਬ ਦੇ ਨਕਸ਼ੇ ਦੇ ਉੱਤੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਆਪਾਂ ਕੀ ਕਹਿ ਰਹੇ ਹਾਂ ਕਿ ਸਰ ਇੱਕ ਪਾਸੇ ਜੇਕਰ ਸਾਡੇ ਪਹਾੜ ਹਨ ਤੇ ਦੂਜੇ ਪਾਸੇ ਮੈਦਾਨ ਹਨ ਤਾਂ ਉਹਨਾਂ ਦੇ ਵਿਚਾਲੇ ਸਰ ਇਹ ਕਿਹੜਾ ਰੀਜਨ ਆਉਂਦਾ ਹੈ? ਕੰਢੀ ਰੀਜਨ। ਜਾਂ ਫਿਰ ਸਪੋਜ਼ ਕਰੋ ਇੱਥੇ ਸਾਡੇ ਸ਼ਿਵਾਲਿਕ ਦੇ ਪਹਾੜ ਆ ਗਏ, ਇਹ ਸਾਰਾ ਪਲੇਨ ਏਰੀਆ ਆ ਗਿਆ, ਤਾਂ ਆਹ ਜਿਹੜਾ ਵਿਚਕਾਰ ਬਣਿਆ ਇਹਨੂੰ ਆਪਾਂ ਕੰਢੀ ਦਾ ਇਲਾਕਾ ਕਹਿ ਰਹੇ ਹਾਂ। ਮੈਪ ਦੇ ਉੱਤੇ ਮੈਂ ਤੁਹਾਨੂੰ ਦਿਖਾ ਚੁੱਕਿਆ ਹੋਇਆ, ਠੀਕ ਹੈ? ਨੈਕਸਟ ਦੇਖੋ ਇਟ ਇਜ਼ ਅ ਥਿਨ ਬੈਲਟ, ਬਹੁਤ ਹੀ ਪਤਲਾ ਇਲਾਕਾ ਆਫ ਸਬ ਮਾਊਂਟੇਨੀਅਸ ਰੀਜਨ, ਠੀਕ ਹੈ ਜੀ? ਨੈਕਸਟ ਨੈਕਸਟ ਪੁਆਇੰਟ ਕੀ ਕਹਿ ਰਿਹਾ? ਇਟ ਆਲਸੋ ਸਟ੍ਰੈਚਿਸ ਅਲੋਂਗ ਦਾ ਨਾਰਥ ਈਸਟਰਨ ਬਾਰਡਰ ਆਫ ਦਾ ਸਟੇਟ। ਸਰ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਪਏ ਹਾਂ, ਮੈਪ ਦੇ ਉੱਤੇ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਆਪਾਂ ਇੱਕ ਵਾਰ, ਦੇਖੋ ਜਿਹੜਾ ਆਹ ਪੂਰਾ ਰੀਜਨ ਤੁਸੀਂ ਦੇਖ ਰਹੇ ਹੋ ਇਹ ਤਾਂ ਮਾਊਂਟੇਨੀਅਸ ਰੀਜਨ। ਇਸ ਤੋਂ ਪਿਛਲੇ ਮੈਪ 'ਚ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਇੱਕ ਸੈਕਿੰਡ। ਹਾਂ ਆਹ ਦੇਖੋ, ਆਹ ਤਾਂ ਸਰ ਜਿਹੜੇ ਸਾਡੇ ਪੂਰੇ ਬਰਾਊਨ ਕਲਰ 'ਚ ਤੁਸੀਂ ਦੇਖਦੇ ਪਏ ਹੋ ਆਹ ਵਾਲਾ ਏਰੀਆ, ਇਹ ਤਾਂ ਹੋ ਗਿਆ ਸਰ ਮਾਊਂਟੇਨੀਅਸ ਰੀਜਨ। ਇਹਦੇ ਇੱਥੇ ਜਿਹੜਾ ਗ੍ਰੀਨ ਬੈਲਟ ਤੁਸੀਂ ਦੇਖਦੇ ਪਏ ਹੋ ਸਾਰੀ ਐਲੂਵੀਅਲ ਪਲੇਨਸ ਹੋ ਗਿਆ। ਆਹ ਜਿਹੜੀ ਦੇਖੋ ਲਾਈਟ ਬਰਾਊਨ ਕਲਰ ਔਰ ਉੱਤੇ ਹਲਕੇ ਹਲਕੇ ਡੋਟਸ ਨਜ਼ਰ ਆ ਰਹੇ ਹੋਣਗੇ ਤੁਹਾਨੂੰ, ਮੈਂ ਤੁਹਾਨੂੰ ਡੋਟਸ ਇੱਥੇ ਮੈਂਸ਼ਨ ਵੀ ਕਰ ਦਿੰਦਾ ਇੱਕ ਵਾਰ, ਆਹ ਵਾਲੇ ਡੋਟਸ ਜਿਹੜੇ ਆ ਦੇਖੋ ਵਾਈਟ ਕਲਰ ਦੇ ਪੈਚਿਸ ਨਜ਼ਰ ਆ ਰਹੇ ਹੋਣਗੇ। ਸਰ ਇਹ ਪੂਰਾ ਇਲਾਕਾ ਸਾਡਾ ਕਿਹੜਾ ਹੈ? ਕੰਢੀ ਦਾ ਇਲਾਕਾ। ਔਰ ਜੇ ਆਪਾਂ ਸਟ੍ਰੈਚ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਇਟ ਇਜ਼ ਅਗੇਨ ਸਟ੍ਰੈਚਿੰਗ ਫਰੋਮ ਅਲੋਂਗ ਦਾ ਨਾਰਥ ਈਸਟਰਨ ਬਾਰਡਰ। ਸਰ ਦੇਖੋ ਮਾਊਂਟੇਨਸ ਦੇ ਨਾਲ ਨਾਲ ਚੱਲਦਾ ਪਿਆ ਔਰ ਟ੍ਰਾਂਜੀਸ਼ਨਲ ਜ਼ੋਨ ਬਣਿਆ ਹੋਇਆ ਦੇਖੋ ਕਿਹਦੇ ਵਿੱਚ? ਸਰ ਮਾਊਂਟੇਨ ਰੀਜਨ ਤੇ ਸਾਡੇ ਮੈਦਾਨੀ ਖੇਤਰ ਦੇ ਵਿੱਚ। ਇਹੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਨੈਕਸਟ ਸਲਾਈਡ ਦੇ ਉੱਤੇ ਵੱਧਦੇ ਹਾਂ ਹੁਣ ਆਪਾਂ, ਦੇਖੋ ਇਸ ਪੁਆਇੰਟ ਨੂੰ ਆਪਾਂ ਸਮਝ ਲਿਆ, ਇਟ ਆਲਸੋ ਸਟ੍ਰੈਚਿਸ ਬਿਟ ਅਲੋਂਗ ਦਾ ਨਾਰਥ ਈਸਟਰਨ ਬਾਰਡਰ। ਨੈਕਸਟ ਪੁਆਇੰਟ ਦੇਖੋ, ਇਟ ਐਕਸਟੈਂਡਸ ਅਪਰੋਕਸੀਮੇਟਲੀ 160 ਕਿਲੋਮੀਟਰ ਇਨ ਲੈਂਥ ਐਂਡ 10 ਕਿਲੋਮੀਟਰ ਇਨ ਵਿਡਥ। ਜਿਹੜੀ ਇਹਦੀ ਲੰਬਾਈ ਹੈ ਉਹ 160 ਕਿਲੋਮੀਟਰ ਦੀ, ਚੌੜਾਈ 10 ਕਿਲੋਮੀਟਰ ਦੇ ਕਰੀਬ ਹੈ, ਬਿਲਕੁਲ ਬੇਸਿਕ ਜਿਹਾ ਡੇਟਾ ਹੈਗਾ। ਨੈਕਸਟ ਦੇਖੋ ਕੀ ਲਿਖਿਆ, ਇਟ ਰਫਲੀ ਕਵਰਸ 8.5% ਆਫ ਦੀ ਏਰੀਆ ਆਫ ਪੰਜਾਬ, ਯਾਨੀ ਕੁੱਲ ਖੇਤਰਫਲ ਦਾ 8.5% ਹਿੱਸਾ ਸਾਡਾ ਕਿਹੜਾ ਰੀਜਨ ਹੈ? ਕੰਢੀ ਦਾ ਇਲਾਕਾ ਹੈ, ਇਹ ਗੱਲ ਇੱਥੇ ਦੱਸੀ ਗਈ ਹੈ, ਠੀਕ ਹੈ? ਤੋ ਓਵਰਆਲ ਜੇ ਆਪਾਂ ਗੱਲ ਕਰੀਏ 2.5% ਦੇ ਕਰੀਬ ਮਾਊਂਟੇਨ ਰੀਜਨ ਸੀ, 8.5% ਦੇ ਕਰੀਬ ਇਹ ਵਾਲਾ ਰੀਜਨ ਹੈ, ਠੀਕ ਹੈ? ਸੋ ਮੈਕਸੀਮਮ ਤੇ ਆਪਾਂ ਪਹਿਲਾਂ ਹੀ ਮੈਪ ਦੇ ਵਿੱਚ ਵੀ ਦੇਖਦੇ ਹਾਂ ਗ੍ਰੀਨ ਕਲਰ ਪਾਰਟ ਜ਼ਿਆਦਾ ਹੀ ਤੇ ਐਲੂਵੀਅਲ ਪਾਰਟ ਹੋਵੇਗਾ। ਨੈਕਸਟ ਸਲਾਈਡ ਦੇ ਉੱਤੇ ਵੱਧਦੇ ਹਾਂ, ਅਗਲਾ ਪੁਆਇੰਟ ਦੇਖੋ ਕੀ ਕਹਿ ਰਿਹਾ ਹੈ, ਦਿਸ ਏਰੀਆ ਰਿਸੀਵਸ ਪਲੈਂਟੀ ਰੇਨਫਾਲ, ਅੱਛੀ ਖਾਸੀ ਵਰਖਾ ਦੇਖਣ ਨੂੰ ਮਿਲਦੀ ਹੈ, ਲਗਭਗ 125 ਸੈਂਟੀਮੀਟਰ ਡਿਊਰਿੰਗ ਦਾ ਮੌਨਸੂਨ, ਐਂਡ ਹੈਂਸ ਲੀਡਸ ਟੂ ਦੀ ਇਰੋਜਨ ਇਨ ਦਿਸ ਏਰੀਆ। ਅੱਛਾ ਖਾਸਾ ਸਰ ਦੇਖੋ ਜਦੋਂ ਵਰਖਾ ਜ਼ਿਆਦਾ ਢਲਾਨ ਹੈਗੀ ਹੈ ਤੇ ਇਰੋਜਨ ਵੀ ਜ਼ਿਆਦਾ ਹੋਵੇਗੀ, ਸੋਇਲ ਇਰੋਜਨ ਦੇਖਣ ਨੂੰ ਮਿਲੇਗਾ, ਉਹ ਸਾਰਾ ਪਾਣੀ ਦਰਿਆਵਾਂ ਦੇ ਨਾਲ ਰਿਵਰਸ ਦੇ ਨਾਲ ਸਰ ਸਾਡੇ ਮਤਲਬ ਤੁਸੀਂ ਕਹੋ ਸਟ੍ਰੀਮਸ ਜਿਹੜੀਆਂ ਬਣਦੀਆਂ ਨੇ, ਖੱਡ ਬਣਦੇ ਨੇ, ਉਹ ਸਾਰਾ ਪਾਣੀ ਅੱਗੇ ਮਿੱਟੀ ਲੈ ਕੇ ਪਹੁੰਚਦਾ। ਅੱਗੇ ਦੇਖੋ, ਦਿਸ ਲੀਡਸ ਟੂ ਦਾ ਫਾਰਮੇਸ਼ਨ ਆਫ ਕਿਓਜ਼ ਐਂਡ ਖੱਡਸ। ਜਦ ਮੈਂ ਪਹਿਲਾਂ ਦੱਸਿਆ ਖੱਡ ਬਣਦੇ ਹਨ ਇਸ ਇਲਾਕੇ ਦੇ ਵਿੱਚ, ਐਂਡ ਡਿਊ ਟੂ ਦਾ ਸਬ ਮਾਊਂਟੇਨੀਅਸ ਰੀਜਨ ਸੈਂਡ ਐਂਡ ਪੈਬਲਸ ਦਾ ਸਟ੍ਰੀਮ ਯੂਜ਼ ਟੂ ਡਿਸਅਪੀਅਰ ਹੀਅਰ ਮੇਕਿੰਗ ਦੀ ਲੈਂਡ ਡਰੇਨੇਜ। ਕੀ ਕਿਹਾ ਗਿਆ ਇੱਥੇ? ਬੜਾ ਇੱਕ ਸਿੰਪਲ ਜਿਹਾ ਕੁਐਸਚਨ ਤੁਹਾਨੂੰ ਪ੍ਰੀਵੀਅਸ ਈਅਰ 'ਚ ਪੁੱਛਿਆ ਹੋਇਆ ਕਿ ਕਿਹੜੇ ਇਲਾਕੇ ਦੇ ਵਿੱਚ ਨਦੀਆਂ ਅਤੇ ਜਿਹੜੀਆਂ ਸਟ੍ਰੀਮਸ ਹਨ ਇਹ ਅਲੋਪਿਤ ਹੁੰਦੀਆਂ ਨਜ਼ਰ ਆਉਂਦੀਆਂ ਹਨ, ਤੇ ਆਨਸਰ ਆਉਂਦਾ ਹੈ ਕੰਢੀ ਰੀਜਨ ਦੇ ਵਿੱਚ। ਇਦਾਂ ਕਿਉਂ ਕਿਹਾ ਜਾ ਰਿਹਾ? ਗੱਲ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ। ਸਪੋਜ਼ ਕਰੋ ਆਹ ਪਹਾੜੀ ਇਲਾਕੇ ਤੋਂ ਦਰਿਆ ਆਇਆ, ਆਪਣੇ ਨਾਲ ਮਿੱਟੀ ਪੱਥਰ ਕੰਕਰ ਲੈ ਕੇ ਆਇਆ, ਔਰ ਇੱਥੇ ਜਿਹੜੀ ਢਲਾਨ ਹੈ ਉਹ ਘੱਟ ਗਈ, ਤਾਂ ਇੱਥੇ ਜਿਹੜੇ ਪੱਥਰ ਅੱਛੇ ਖਾਸੇ ਇਕੱਠੇ ਹੋ ਜਾਣਗੇ,
ਤਾਂ ਇੱਥੋਂ ਦਰਿਆ ਹੇਠਾਂ ਦੀ ਲੰਘ ਜਾਏਗਾ ਔਰ ਪ੍ਰਤੀਕ ਇਦਾਂ ਦਾ ਹੋਵੇਗਾ ਕਿ ਇੱਥੇ ਜਿਹੜਾ ਦਰਿਆ ਹੈ ਉਹ ਅਲੋਪਿਤ ਹੋਇਆ। ਵਾਸਤਵ ਚ ਇੱਦਾਂ ਨਹੀਂ ਹੈ ਸਰ, ਕਾਫੀ ਸਾਰੇ ਪੈਬਲਸ ਨੇ, ਪੱਥਰ ਨੇ ਔਰ ਉਹਦੇ ਹੇਠੋਂ ਦਰਿਆ ਨਿਕਲਦਾ ਪਿਆ, ਤੇ ਇਸ ਤਰ੍ਹਾਂ ਪ੍ਰਤੀਕ ਹੁੰਦਾ ਕਿ ਇੱਥੇ ਜਿਹੜਾ ਅਲੋਪਿਤ ਹੁੰਦਾ ਪਿਆ। ਬਸ ਇਹੀ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਵਾਂ। ਸੋ ਇਹਨੇ ਲਿਖਿਆ ਵੀ ਇਹੀ ਹੈ ਕਿਉਂਕਿ ਇੱਥੇ ਰੇਤ ਤੇ ਪੱਥਰ ਕਾਫੀ ਸਾਰੇ ਹੁੰਦੇ ਹਨ ਜਿਹਦੇ ਕਰਕੇ ਸਾਨੂੰ ਅਜਿਹਾ ਲੱਗਦਾ ਕਿ ਜਿਹੜਾ ਦਰਿਆ ਹੈ ਉਹ ਭੂਮੀ ਦੇ ਵਿੱਚ ਹੀ ਸਮਾ ਗਿਆ। ਸਮਝਦੇ ਪਏ ਹੋ? ਇਟ ਇਜ਼ ਆਲਸੋ ਨੋਨ ਵਿਦ ਦ ਬਾਈ ਦ ਡਿਫਰੈਂਟ ਨੇਮਸ ਇਨ ਦ ਡਿਫਰੈਂਟ ਏਰੀਆਜ਼, ਜਿਵੇਂ ਚੰਗਾਰ ਕਿਹਾ ਜਾਂਦਾ ਅਨੰਦਪੁਰ ਸਾਹਿਬ ਵਿਖੇ ਇਹਨੂੰ, ਘਰ ਕਿਹਾ ਜਾਂਦਾ ਸ਼ਿਵਾਲਿਕ ਰੋਪੜ ਵਾਲੇ ਇਲਾਕੇ ਦੇ ਵਿੱਚ, ਠੀਕ ਆ। ਇਹ ਦੋ ਨਾਮ ਇਹਦੇ, ਮਤਲਬ ਇਸੇ ਇਲਾਕੇ ਦੇ ਦੋ ਕਾਮਨ ਨਾਮ, ਜਿਹੜੇ ਲੋਕਲ ਨਾਮ ਇੱਥੇ ਆਪਾਂ ਕਹਿ ਸਕਦੇ ਹਾਂ। ਨੈਕਸਟ ਪੁਆਇੰਟ ਵੱਲ ਚੱਲਦੇ ਹਾਂ ਸਰ। ਪੰਜਾਬ ਦਾ ਸਭ ਤੋਂ ਮੇਨ ਐਲੂਵੀਅਲ ਪਲੇਨਸ, ਜਿਹਨੂੰ ਪੰਜਾਬ ਪਲੇਨਸ ਵੀ ਕਿਹਾ ਜਾਂਦਾ, ਇਟ ਲਾਈਜ਼ ਇਨ ਦ ਵੈਸਟ ਆਫ ਦ ਕੰਡੀ ਰੀਜਨ, ਕੰਡੀ ਇਲਾਕੇ ਦੇ ਪੱਛਮ ਦੇ ਵਿੱਚ ਹੈਗਾ। ਹੁਣੇ ਆਪਾਂ ਮੈਪ ਦੇ ਵਿੱਚ ਦੇਖਿਆ ਸੀ, ਮੈਪ ਇੱਕ ਵਾਰ ਦੁਬਾਰਾ ਦੇਖ ਲਿਓ, ਤੁਹਾਨੂੰ ਮੈਪ ਦੇ ਨਾਲ ਕਲੈਰਿਟੀ ਹੁੰਦੀ ਚੱਲੇਗੀ। ਇਟ ਲਾਈਜ਼ ਇਨ ਦ ਵੈਸਟ ਆਫ ਦ ਕੰਡੀ ਰੀਜਨ, ਦ ਐਲੂਵੀਅਲ ਪਲੇਨਸ ਆਰ ਦ ਪਾਰਟ ਆਫ ਇੰਡੀਅਨ ਗੈਂਗੇਟਿਕ ਪਲੇਨ। ਸਰ ਜਿਹੜਾ ਇਹ ਪਾਰਟ ਹੈ ਇੰਡੋ ਗੈਂਗੇਟਿਕ ਪਲੇਨ ਦਾ ਭਾਗ ਹੈ, ਯਾਨੀ ਇੱਧਰ ਇੰਡਸ ਰਿਵਰ ਸਿਸਟਮ, ਇੱਧਰ ਇੰਡਸ ਗੰਗਾ ਰਿਵਰ ਸਿਸਟਮ, ਔਰ ਪੰਜਾਬ ਜਿਹੜਾ ਉਹ ਇੰਡਸ ਰਿਵਰ ਸਿਸਟਮ ਦਾ ਪਾਰਟ ਹੈ। ਉਹੀ ਇੱਥੇ ਕਿਹਾ ਗਿਆ, ਇੱਥੇ ਇੰਡਸ ਵਰਡ ਆਏਗਾ, ਮਾਫ ਕਰਨਾ, ਇੰਡਸ ਇੰਡੋ ਗੈਂਗੇਟਿਕ ਪਾਰਟ ਨੂੰ ਕਿਹਾ ਜਾਂਦਾ, ਇੰਡੋ ਗੈਂਗੇਟਿਕ ਪਲੇਨ ਯਾਨੀ ਪੰਜਾਬ ਪਲੇਨਸ। ਇਟ ਕਵਰਸ ਦਾ ਲਾਰਜੈਸਟ ਪਾਰਟ ਆਫ ਪੰਜਾਬ, ਠੀਕ ਹੈ। ਸਭ ਤੋਂ ਵੱਧ ਹਿੱਸਾ ਸਾਡੇ ਪੰਜਾਬ ਦਾ ਇਹੀ ਹੈ, ਲਗਭਗ ਜੇ ਗੱਲ ਕਰੀਏ 75%, ਯਾਨੀ ਕੁੱਲ ਦਾ 75%, 3/4 ਤੀਜਾ ਹਿੱਸਾ। ਪੂਰੇ ਪੰਜਾਬ ਦਾ 3 ਹਿੱਸੇ ਕੀ ਨੇ ਸਰ? ਐਲੂਵੀਅਲ ਪਲੇਨਸ ਨੇ। ਦ ਐਵਰੇਜ ਹਾਈਟ ਆਫ ਦਿਸ ਪਲੇਨ ਇਨ ਪੰਜਾਬ ਇਜ਼ ਅਰਾਊਂਡ 200-300 meters, ਦੇਅਰ ਸਲੋਪ ਗ੍ਰੈਜੂਅਲੀ ਡਿਕਰੀਜ਼ਿਸ ਫਰੋਮ ਨੌਰਥ ਈਸਟ ਟੂ ਸਾਊਥ ਵੈਸਟ। ਅੱਛਾ ਕੁਐਸਚਨ ਹੈ, ਪ੍ਰੀਵੀਅਸ ਈਅਰ ਕੁਐਸਚਨ ਹੈ, ਕੀ ਕਿਹਾ ਗਿਆ ਕਿ ਜੇਕਰ ਸਰ ਇਹ ਪੰਜਾਬ ਹੈ ਇਸ ਤਰ੍ਹਾਂ, ਤਾਂ ਜਿਹੜੀ ਢਲਾਨ ਹੈ ਨਾ ਪੰਜਾਬ ਦੀ, ਉਹ ਸਾਨੂੰ ਕਿਸ ਤਰ੍ਹਾਂ ਦੇਖਣ ਨੂੰ ਮਿਲਦੀ ਹੈ? ਜਿਹੜੀ ਪੰਜਾਬ ਦੀ ਢਲਾਨ ਹੈ ਸਰ, ਕੁਛ ਇਸ ਪ੍ਰਕਾਰ ਹੈ, ਏਦਾਂ ਨੌਰਥ ਈਸਟ ਤੋਂ ਸਾਊਥ ਵੈਸਟ ਇਹ ਤਰ੍ਹਾਂ ਢਲਾਨ ਹੈ। ਇਹੀ ਗੱਲ ਇੱਥੇ ਲਿਖੀ ਗਈ ਹੈ, ਇਨਕਲੀਨੇਸ਼ਨ ਸਲੋਪ ਕਿੱਦਾਂ ਹੈ ਸਰ? ਨੌਰਥ ਈਸਟ ਟੂ ਸਾਊਥ ਵੈਸਟ ਹੈ, ਬਸ ਇਹ ਗੱਲ ਇੱਥੇ ਸਦ ਦਰਸਾਈ ਗਈ ਹੈ। ਦਾ ਪੰਜਾਬ ਪਲੇਨ ਇਨ ਪੰਜਾਬ ਇਜ਼ ਫਰਦਰ ਡਿਵਾਈਡਿਡ ਇਨ ਟੂ 3 regions, ਇਹ ਅੱਗੇ 3 regions 'ਚ ਫਿਰ ਡਿਵਾਈਡਿਡ ਨੇ। ਉਹ 3 regions ਕਿਹੜੇ ਨੇ? ਮਾਝਾ, ਦੁਆਬਾ, ਮਾਲਵਾ। ਇਹ ਨਾਮ ਤਾਂ ਆਪਾਂ ਬੜੇ ਕਾਮਨਲੀ ਸੁਣੇ ਹੋਏ ਨੇ, ਪੜ੍ਹੇ ਹੋਏ ਨੇ, ਮਾਝਾ, ਦੁਆਬਾ ਅਤੇ ਮਾਲਵਾ। ਸਰ ਮੌਜੂਦਾ ਪੰਜਾਬ ਦੇ ਵਿੱਚ ਕੁੱਲ 23 districts ਹਨ ਅਤੇ ਉਹਨਾਂ 23 ਦੇ ਵਿੱਚੋਂ ਮਾਝੇ 'ਚ ਕਿੰਨੇ ਜ਼ਿਲ੍ਹੇ ਹਨ? 4। ਦੁਆਬੇ 'ਚ ਕਿੰਨੇ ਜ਼ਿਲ੍ਹੇ ਹਨ? 4। ਮਾਲਵੇ 'ਚ ਕਿੰਨੇ ਜ਼ਿਲ੍ਹੇ ਹਨ? 15। ਸਰ ਟੋਟਲ ਕਰਨ 'ਤੇ 23 ਮਿਲੇਗਾ ਸਾਨੂੰ। ਉਹ ਕਿਹੜੇ ਕਿਹੜੇ ਹਨ ਉਹ ਵੀ ਹੁਣੇ ਆਪਾਂ ਚਰਚਾ ਕਰਾਂਗੇ। ਦੇਖੋ ਧਿਆਨ ਰੱਖਿਓ, ਜੇ ਆਪਾਂ ਨੂੰ 23 ਜ਼ਿਲ੍ਹਿਆਂ ਦੇ ਵਿੱਚੋਂ 4 ਮਾਝੇ ਦੇ ਅਤੇ 4 ਦੁਆਬੇ ਦੇ ਪਤਾ ਲੱਗ ਜਾਣ, ਤਾਂ ਆਪਾਂ ਨੂੰ ਸਮਝੋ ਸਾਰੇ ਹੀ ਆਉਂਦੇ ਨੇ, 15 ਪੜ੍ਹਨ ਦੀ ਲੋੜ ਹੀ ਨਹੀਂ। ਹਾਲਾਂਕਿ ਇੰਨਾ ਕੁ ਆਪਾਂ ਪੜ੍ਹ ਲਵਾਂਗੇ ਕਿ ਮੈਪ ਦੇਖ ਕੇ ਤੁਹਾਨੂੰ ਪਤਾ ਲੱਗ ਜਾਏਗਾ ਕਿਹੜਾ ਰੀਜਨ ਕਿਹੜੇ 'ਚ ਔਰ ਸਾਰੇ ਡਿਸਟ੍ਰਿਕਟ ਆਉਂਦੇ ਹੋਣਗੇ, ਤੁਹਾਨੂੰ ਇਹ ਗੱਲ ਦੀ ਗਰੰਟੀ ਹੈ। ਲੇਕਿਨ ਫਿਰ ਵੀ ਜੇ ਆਪਾਂ ਇਹਨੂੰ ਇਨੀਸ਼ੀਅਲੀ ਯਾਦ ਕਰਦੇ ਪਏ ਹਾਂ, 4 ਆਪਾਂ ਇਹ ਯਾਦ ਕਰ ਲਈਏ ਤੇ 4 ਆਪਾਂ ਇਹ ਯਾਦ ਕਰ ਲਈਏ, ਸਾਡਾ ਮਸਲਾ ਹੱਲ ਹੋ ਜਾਏਗਾ। ਸਮਝਦੇ ਪਏ ਹੋ ਕਿਸ ਤਰ੍ਹਾਂ ਵਾ? ਹੁਣੇ ਦੇਖਦੇ ਹਾਂ, ਨੈਕਸਟ ਸਲਾਈਡ 'ਚ ਦੇਖੋ। ਜੇ ਆਪਾਂ ਸਰ ਮਾਝੇ ਰੀਜਨ ਦੀ ਗੱਲ ਕਰੀਏ, ਮਾਝੇ 'ਚ ਕਿਹੜੇ ਕਿਹੜੇ 4 ਹਨ? ਸਰ ਮਾਝੇ 'ਚ ਆਉਂਦੇ ਹਨ ਸਭ ਤੋਂ ਉੱਤੇ ਪਠਾਨਕੋਟ, ਨੰਬਰ 2 ਗੁਰਦਾਸਪੁਰ, ਨੰਬਰ 3 ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਅਤੇ ਨੰਬਰ 4 ਤਰਨ ਤਾਰਨ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ,
ਇਹ ਚਾਰ ਜਿਹੜੇ ਜ਼ਿਲ੍ਹੇ ਹਨ ਇਹ ਸਾਡੇ ਮਾਝਾ ਖੇਤਰ 'ਚ ਆ ਗਏ। ਜੇ ਆਪਾਂ ਦੁਆਬੇ ਦੀ ਗੱਲ ਕਰੀਏ ਤਾਂ ਕਿਹੜੇ ਕਿਹੜੇ ਡਿਸਟ੍ਰਿਕਟ ਆਉਂਦੇ ਨੇ? ਸਰ, ਨੰਬਰ 1 ਆ ਜਾਏਗਾ ਇੱਥੇ ਜਲੰਧਰ, ਨੰਬਰ 2 ਆ ਜਾਏਗਾ ਇੱਥੇ ਕਪੂਰਥਲਾ। ਅੱਛਾ, ਕਪੂਰਥਲੇ ਬਾਰੇ ਇੱਕ ਗੱਲ ਹੋਰ ਇੱਥੇ ਯਾਦ ਰੱਖਣੀ ਹੈ, ਇਹ ਇੱਕ ਮਾਤਰ ਜ਼ਿਲ੍ਹਾ ਹੈ ਸਰ ਸਾਡੇ ਪੰਜਾਬ ਦੇ ਵਿੱਚ ਜਿਹੜਾ ਕਿਸੇ ਦੂਜੇ ਜ਼ਿਲ੍ਹੇ ਨੇ ਡਿਵਾਈਡ ਕੀਤਾ ਹੋਇਆ, ਯਾਨੀ ਜਿਹੜਾ ਕਪੂਰਥਲਾ ਨਾ ਉਹ ਦੋ ਭਾਗਾਂ 'ਚ ਵੰਡਿਆ ਹੋਇਆ, ਔਰ ਉਹਨੂੰ ਤੋੜਦਾ ਕੌਣ ਪਿਆ ਵਿੱਚ? ਸਰ, ਵਿਚਕਾਰ ਜਲੰਧਰ ਹੈ, ਇੱਧਰ ਵੀ ਕਪੂਰਥਲਾ, ਇੱਧਰ ਵੀ ਕਪੂਰਥਲਾ, ਕੁਛ ਇਸ ਤਰ੍ਹਾਂ ਦਾ ਸਟਰਕਚਰ ਹੈ, ਕਪੂਰਥਲਾ ਕਪੂਰਥਲਾ ਵਿਚਕਾਰ ਹੈ ਜਲੰਧਰ, ਠੀਕ ਹੈ। ਸੋ ਓਨਲੀ ਡਿਸਟ੍ਰਿਕਟ ਵਿਚ ਇਜ਼ ਡਿਵਾਈਡਡ ਬਾਈ ਐਨੀ ਅਦਰ ਡਿਸਟ੍ਰਿਕਟ, ਯਾਦ ਰੱਖਿਓ। ਤੀਜੇ ਨੰਬਰ 'ਤੇ ਇੱਥੇ ਨਾਮ ਆ ਜਾਏਗਾ, ਦੈਟ ਇਜ਼ ਹੁਸ਼ਿਆਰਪੁਰ। ਚੌਥੇ ਨੰਬਰ 'ਤੇ ਇੱਥੇ ਨਾਮ ਆ ਜਾਏਗਾ SBS ਨਗਰ, ਜਿਹਨੂੰ ਆਪਾਂ ਨਵਾਂ ਸ਼ਹਿਰ ਵੀ ਕਹਿੰਦੇ ਹਾਂ, SBS ਨਗਰ ਨਵਾਂ ਸ਼ਹਿਰ, SBS ਦਾ ਫੁੱਲ ਫਾਰਮ ਸ਼ਹੀਦ ਭਗਤ ਸਿੰਘ ਨਗਰ, ਠੀਕ ਹੈ, SBS ਨਗਰ ਦੈਟ ਇਜ਼ ਸ਼ਹੀਦ ਭਗਤ ਸਿੰਘ ਨਗਰ। ਔਰ ਬਾਕੀ ਬਚਦੇ 15 ਜਿਹੜੇ ਜ਼ਿਲ੍ਹੇ ਹਨ ਸਰ, ਉਹ ਮਾਲਵਾ ਦੇ ਹਨ, ਜਿਵੇਂ ਲੁਧਿਆਣਾ, ਬਰਨਾਲਾ, ਬਠਿੰਡਾ, ਮਾਨਸਾ, ਫਰੀਦਕੋਟ, ਫਾਜ਼ਿਲਕਾ, ਇਹ ਸਭ ਸਰ ਮਾਲਵੇ ਖੇਤਰ ਦੇ ਵਿੱਚ ਆਉਂਦੇ ਨੇ। ਟੋਟਲ 15 ਜ਼ਿਲ੍ਹੇ ਸਰ ਮਾਲਵੇ 'ਚ ਹਨ, 4 ਜ਼ਿਲ੍ਹੇ ਸਾਡੇ ਦੁਆਬੇ 'ਚ ਹਨ ਤੇ 4 ਹੀ ਜ਼ਿਲ੍ਹੇ ਸਾਡੇ ਮਾਝੇ ਦੇ ਵਿੱਚ ਹਨ। ਸੋ ਇਹ ਸਾਡਾ ਜੇ ਐਲੂਵੀਅਲ ਪਲੇਨਸ ਦੀ ਗੱਲ ਕਰੀਏ ਤੇ ਕੁਛ ਇਸ ਤਰੀਕੇ ਦੇ ਨਾਲ ਸਰ ਆਪਾਂ ਪੰਜਾਬ ਵੰਡ ਸਕਦੇ ਹਾਂ। ਨੈਕਸਟ ਸਲਾਈਡ ਦੇ ਵੱਲ ਚੱਲਦੇ ਹਾਂ। ਦੇਖੋ ਕੀ ਕਿਹਾ ਗਿਆ, ਐਲੂਵੀਅਲ ਪਲੇਨਸ ਕੈਨ ਬੀ ਡਿਵਾਈਡਿਡ ਇੰਟੂ 4 ਕੈਟੇਗਰੀਜ਼। ਪੂਰਾ ਐਲੂਵੀਅਲ ਜਿਹੜਾ ਸਾਡਾ ਮੈਦਾਨੀ ਖੇਤਰ ਹੈ ਉਹ 4 ਭਾਗਾਂ 'ਚ ਟੁੱਟਿਆ ਹੋਇਆ, ਬੱਬਰ, ਤਰਾਈ, ਖੱਦਰ ਅਤੇ ਪੰਗਲ। ਕੀ 4 ਵਰਡ ਬੋਲੇ ਨੇ ਮੈਂ? ਬੱਬਰ, ਤਰਾਈ, ਖੱਦਰ ਅਤੇ ਪੰਗਲ। ਬੱਬਰ, ਤਰਾਈ, ਖੱਦਰ ਅਤੇ ਪੰਗਲ, ਇਹ 4 ਨੇ। ਬੇਸਿਕਲੀ ਇਹਦਾ ਫਾਰਮੇਸ਼ਨ ਸਮਝਣ ਦੀ ਕੋਸ਼ਿਸ਼ ਕਰਿਓ, ਜੇ ਇਹ ਪਹਾੜੀ ਇਲਾਕਾ ਹੈ ਤੇ ਆਹ ਜਿਹੜਾ ਸਭ ਤੋਂ ਪਹਿਲਾ ਇਲਾਕਾ ਬਣਦਾ ਇਹ ਬੱਬਰ ਹੈ। ਸਾਰੇ ਕਰੈਕਟਰਿਸਟਿਕਸ ਲਿਖੇ ਹੋਏ ਨੇ, ਮੈਂ ਰੀਡ ਆਊਟ ਕਰ ਦਾਂਗਾ। ਫਿਰ ਸਰ ਅੱਗੇ ਜਿਹੜਾ ਬਣਦਾ ਇਹ ਦਲਦਲੀ ਇਲਾਕਾ, ਇਹ ਤਰਾਈ ਹੈ। ਫਿਰ ਮੇਜਰ ਪਾਰਟ ਜਿਹੜਾ ਆਉਂਦਾ ਪਿਆ ਦੈਟ ਇਜ਼ ਖੱਦਰ ਤੇ ਪੰਗਲ ਦਾ। ਇਹ 2 ਬੜੇ ਇੰਪੋਰਟੈਂਟ ਟਰਮ, ਜੇ ਕੀ ਇੰਪੋਰਟੈਂਟ ਹੈਗੀ ਹੈ ਇਹਦੀ, ਇੱਕ ਗੱਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਖੱਦਰ ਨੂੰ ਸਰ ਆਪਾਂ ਕੀ ਕਹਿੰਦੇ ਹਾਂ? ਇਟ ਇਜ਼ ਕਾਲਡ ਐਸ ਨਿਊ ਐਲੂਵੀਅਲ। ਮੈਂ ਸਾਰਾ ਰੀਡ ਆਊਟ ਕਰਾਂਗਾ ਹੁਣੇ ਇੱਕ ਵਾਰ, ਬਸ ਪਹਿਲਾਂ ਸਮਝ ਲਓ। ਔਰ ਭੰਗਰ ਨੂੰ ਆਪਾਂ ਕੀ ਕਹਿੰਦੇ ਹਾਂ? ਓਲਡ ਐਲੂਵੀਅਲ, ਓਲਡ ਐਲੂਵੀਅਲ। ਖੱਦਰ ਨੂੰ ਸਰ ਨਿਊ ਐਲੂਵੀਅਲ ਕਿਹਾ ਜਾਂਦਾ ਤੇ ਭੰਗਰ ਨੂੰ ਆਪਾਂ ਓਲਡ ਐਲੂਵੀਅਲ ਕਹਿ ਕੇ ਪੁਕਾਰਦੇ ਹਾਂ। ਸਰ ਇਹ ਜਿਹੜਾ ਹੈ ਇਹ ਦੇਖੋ ਕੁਸ਼ਚਨ ਕਿਸ ਤਰ੍ਹਾਂ ਪੁੱਛਿਆ ਹੋਇਆ, ਵਿਚ ਅਮੰਗ ਦਾ ਫੋਲੋਇੰਗ ਇਸ ਫਾਊਂਡਡ ਇਨ ਦਾ ਰਿਵਰ ਫਲੱਡਿਡ ਰੀਜਨ, ਮਤਲਬ ਕਿਹੜਾ ਇਲਾਕਾ ਜਿਹੜਾ ਰਿਵਰ ਫਲੱਡਿਡ ਰੀਜਨ 'ਚ ਪਾਇਆ ਜਾਵੇਗਾ। ਹਾਲੀ 'ਚ ਤੁਸੀਂ ਦੇਖਿਆ ਜਿਵੇਂ ਉੱਤਰਾਖੰਡ, ਹਿਮਾਚਲ, ਸਰ ਅੱਛਾ ਖਾਸੇ ਫਲੱਡ ਜ਼ੋਨ ਬਣਿਆ, ਉੱਥੇ ਕਾਫੀ ਰਿਵਰਸ ਓਵਰਫਲੋ ਕੀਤੀਆਂ, ਪਾਰਵਤੀ ਨਦੀ ਕਹਿ ਲਓ, ਬਿਆਸ ਕਹਿ ਲਓ, ਸਤਲੁਜ ਵੀ ਓਵਰਫਲੋ, ਮਤਲਬ ਕਾਫੀ ਹੱਦ ਤੱਕ ਪਾਣੀ ਦਾ ਲੈਵਲ ਰਾਈਜ਼ ਹੋਇਆ। ਸੋ ਓਵਰਆਲ ਜੇ ਆਪਾਂ ਗੱਲ ਕਰੀਏ ਸਰ, ਜਦੋਂ ਦਰਿਆ ਦੇ ਵਿੱਚ ਫਲੱਡ ਆਏਗਾ ਤਾਂ ਸਰ ਉਹ ਦਰਿਆ ਦਾ ਜਿਹੜਾ ਐਕਸਪੈਂਸ਼ਨ ਹੋਣਾ ਸ਼ੁਰੂ ਹੋਏਗਾ, ਜਦੋਂ ਐਕਸਪੈਂਸ਼ਨ ਹੁੰਦਾ ਨਾ ਇੱਕ ਲੇਅਰ ਨਵੀਂ ਸੋਇਲ ਦੀ ਛੱਡ ਜਾਂਦਾ, ਕਿਉਂਕਿ ਤੁਸੀਂ ਦੇਖਿਆ ਨਾ ਕਾਫੀ ਲੈਂਡਸਲਾਈਡ ਹੋਏ, ਉਹ ਸਾਰੀ ਜਿਹੜਾ ਨਦੀ ਜਿਹੜਾ ਪਹਾੜਾਂ ਦਾ ਸਾਰਾ ਤੁਸੀਂ ਕਹਿ ਲਓ ਮਿੱਟੀ ਹੈ, ਪੱਥਰ ਹੈ, ਕੰਕਰ ਹੈ, ਸਭ ਨਦੀਆਂ ਦੇ ਵਿੱਚ ਆਇਆ। ਜਦੋਂ ਨਦੀਆਂ ਦਾ ਪਾਣੀ ਇਸ ਤਰ੍ਹਾਂ ਫੈਲੇਗਾ ਕਿਸੇ ਇੱਕ ਸਥਾਨ ਤੇ ਜਾ ਕੇ ਤਾਂ ਆਪਣੇ ਨਾਲ ਇੱਕ ਨਵੀਂ ਲੇਅਰ ਛੱਡ ਜਾਏਗਾ, ਉਹ ਜਿਹੜੀ ਨਵੀਂ ਲੇਅਰ ਹੈ ਨਾ ਉਸਨੂੰ ਆਪਾਂ ਕਹਿੰਦੇ ਹਾਂ ਖੱਦਰ ਸੋਇਲ। ਸਮਝਦੇ ਪਏ ਹੋ? ਉਹ ਜਿਹੜੇ ਇਲਾਕੇ ਦੇ ਵਿੱਚ ਨਦੀ ਜਿਹੜੀ ਆ ਓਵਰਫਲੋ ਨਹੀਂ ਕਰ ਸਕਦੀ, ਯਾਨੀ ਕਿ ਉੱਥੋਂ ਤੱਕ ਉਹਦਾ ਫਲੱਡ ਜ਼ੋਨ ਨਹੀਂ ਬਣਦਾ,
ਉਹ ਸਾਰੀ ਪੁਰਾਣੀ ਮਿੱਟੀ ਹੈ, ਉਸ ਮਿੱਟੀ ਨੂੰ ਆਪਾਂ ਕਹਿੰਦੇ ਹਾਂ ਪੰਗਰ ਸੋਇਲ, ਸਮਝਦੇ ਪਿਓ? ਸੋ ਇਸ ਤਰ੍ਹਾਂ ਡਾਇਰੈਕਟ ਕੁਐਸਚਨ ਬਣਦਾ ਨਿਊ ਸੋਇਲ, ਨਿਊ ਐਲੂਵੀਅਲ ਸੋਇਲ ਜਾਂ ਓਲਡ ਐਲੂਵੀਅਲ ਸੋਇਲ, ਡਾਇਰੈਕਟ ਇਹ ਦੋ ਕੁਐਸਚਨ ਤਾਂ ਤੁਸੀਂ ਯਾਦ ਹੀ ਰੱਖਣੇ ਨੇ, ਮੈਂ ਇੱਕ ਵਾਰੀ ਸਾਰੇ ਰੀਡ ਆਊਟ ਕਰ ਦਿੰਦਾ, ਧਿਆਨ ਦੇਣਾ ਹੁਣ ਇੱਕ ਵਾਰ ਇੱਥੇ ਦੇਖੋ ਬੱਬਰ ਕੀ ਕਹਿ ਰਿਹਾ, ਐਸ ਦ ਰਿਵਰ ਐਂਟਰ ਸਡਨਲੀ ਫਰੋਮ ਦ ਹਿਮਾਲਿਆਸ ਦ ਹੈਵੀ ਗ੍ਰੇਵਲਸ ਇਨ ਦ ਰਿਵਰ ਗੈਟ ਡਿਪੋਜ਼ਿਟਿਡ ਹੀਅਰ। ਮੈਂ ਤੁਹਾਨੂੰ ਦੱਸਿਆ ਹੀ ਹੈ ਇੱਕਦਮ ਜਿੱਥੇ ਪਹਾੜ ਖਤਮ ਹੋਣਗੇ ਮੈਦਾਨ ਸ਼ੁਰੂ ਹੋ ਰਹੇ ਨੇ ਸਰ, ਉੱਥੇ ਸਾਰੇ ਵੱਡੇ ਪੱਥਰ ਕੰਕਰ ਉੱਥੇ ਜਮ੍ਹਾਂ ਹੋਣੇ ਸ਼ੁਰੂ ਹੋ ਜਾਂਦੇ ਨੇ, ਉਹੀ ਗੱਲ ਕਹੀ ਗਈ ਹੈ। ਦ ਪੋਰਸਿਟੀ ਆਫ ਦਿਸ ਰੀਜਨ ਇਜ਼ ਸੋ ਹਾਈ, ਕਿਉਂਕਿ ਦੇਖੋ ਜਦੋਂ ਵੱਡੇ ਵੱਡੇ ਪੱਥਰ ਕੰਕਰ ਹੋਣਗੇ ਥੱਲੇ ਪਾਣੀ ਕਾਫੀ ਡੀਪ ਤੱਕ ਚਲੇ ਜਾਏਗਾ, ਪੋਰਸਿਟੀ ਦਾ ਭਾਵ ਹੁੰਦਾ ਕਿੰਨਾ ਪਾਣੀ ਜਿਹੜਾ ਸਿਮ ਸਕਦਾ, ਠੀਕ ਹੈ, ਉਹ ਜ਼ਿਆਦਾ ਹੋਏਗੀ ਕਿਉਂਕਿ ਪੱਥਰ ਕੰਕਰ ਜ਼ਿਆਦਾ ਮੋਟੇ ਨੇ ਉੱਪਰ, ਠੀਕ ਹੈ। ਸੋ ਦ ਪੋਰਸਿਟੀ ਆਫ ਦਿਸ ਰੀਜਨ ਇਜ਼ ਸੋ ਹਾਈ ਦੈਟ ਮੋਸਟ ਆਫ ਦ ਸਮਾਲ ਸਟ੍ਰੀਮਸ ਗੈਟ ਡਿਸਅਪੀਅਰ ਇਨਟੂ ਇਟ, ਛੋਟੇ ਛੋਟੇ ਜਿਹੜੇ ਨਦੀਆਂ ਝਰਨੇ ਨੇ ਉਹ ਤਾਂ ਨਜ਼ਰ ਵੀ ਨਹੀਂ ਆਉਂਦੇ ਸਰ ਇੱਥੇ, ਸਮਝਦੇ ਪਿਓ? ਹੈਂਸ ਦਿਸ ਰੀਜਨ ਇਜ਼ ਨੋਟ ਸੂਟੇਬਲ ਫੋਰ ਦ ਕਲਟੀਵੇਸ਼ਨ, ਕੋਈ ਖੇਤੀ ਨਹੀਂ ਕੀਤੀ ਜਾ ਸਕਦੀ, ਓਨਲੀ ਬਿਗ ਟ੍ਰੀਜ਼ ਆਰ ਗਰੋਨ ਹੀਅਰ, ਵੱਡੇ ਵੱਡੇ ਜਿਹੜੇ ਪੇੜ ਸਾਨੂੰ ਨਜ਼ਰ ਆਉਣਗੇ। ਦਿਸ ਰੀਜਨ ਇਜ਼ ਕੰਪਲੀਮੈਂਟਰੀ ਟੂ ਦ ਕੰਡੀ ਰੀਜਨ, ਇੱਕ ਤਰ੍ਹਾਂ ਦਾ ਕੰਡੀ ਰੀਜਨ ਵਾਂਗ ਹੀ ਹੈਗਾ ਵਾ ਇਹ ਰੀਜਨ, ਜਿਹੜਾ ਸਭ ਮਾਊਂਟੇਨੀਅਸ ਰੀਜਨ ਸੀ, ਬਸ ਉਸ ਤੋਂ ਥੋੜ੍ਹੀ ਜਿਹੀ ਜਿਹੜੀ ਪਹਾੜੀ ਖੇਤਰ ਹੈ ਉਹ ਹੈ ਨਹੀਂ, ਜਿਹੜੇ ਪੈਬਲਸ ਨੇ ਉਹ ਕਾਫੀ ਵੱਡੇ ਵੱਡੇ ਨੇ, ਬਸ ਉਸ ਤਰ੍ਹਾਂ ਦਾ ਖੇਤਰ ਬਣਦਾ ਪਿਆ। ਇਸ ਇਲਾਕੇ ਨੂੰ ਆਪਾਂ ਬੱਬਰ ਇਲਾਕਾ ਕਹਿੰਦੇ ਹਾਂ। ਤਰਾਈ ਦੇਖੋ, ਇਟ ਲਾਈਜ਼ ਸਾਊਥ ਆਫ ਦ ਬੱਬਰ, ਜਿੱਥੇ ਬੱਬਰ ਖਤਮ ਹੋਏਗਾ ਉੱਥੇ ਤਰਾਈ ਸ਼ੁਰੂ ਹੋਏਗਾ। ਦਿਸ ਰੀਜਨ ਇਜ਼ ਫਾਰਮਡ ਔਨ ਦੀ ਰੀ ਐਮਰਜੈਂਸ ਆਫ ਦ ਸਟ੍ਰੀਮਸ। ਮੈਂ ਤੁਹਾਨੂੰ ਕੀ ਦੱਸਿਆ ਸਰ, ਜੇ ਇਹ ਪਹਾੜੀ ਇਲਾਕਾ ਹੈ ਇੱਥੇ ਖਤਮ ਹੋ ਰਿਹਾ, ਇਹ ਦਰਿਆ ਇੱਥੋਂ ਆਇਆ, ਇੱਥੇ ਆਪਣੇ ਕਾਫੀ ਵੱਡੇ ਵੱਡੇ ਪੱਥਰ ਕੰਕਰ ਛੱਡ ਦੇਗਾ, ਫਿਰ ਜਿੱਥੇ ਇਹ ਦਰਿਆ ਦੁਬਾਰਾ ਨਜ਼ਰ ਆਵੇਗਾ ਉੱਥੇ ਸਰ ਇਹ ਦਲਦਲੀ ਇਲਾਕਾ ਬਣੇਗਾ ਜਿਹਨੂੰ ਤਰਾਈ ਕਿਹਾ ਜਾਵੇਗਾ। ਇਹ ਤਰਾਈ ਹੋਵੇਗਾ ਤੇ ਇਹ ਬੱਬਰ ਹੋਵੇਗਾ, ਗੱਲ ਸਮਝ ਆਈ ਹੈ ਥੋੜੀ ਥੋੜ? ਫਿਰ ਅੱਗੇ ਪਲੇਨ ਏਰੀਆ ਚ ਚੱਲੇਗਾ ਜਿੱਥੇ ਤੱਕ ਤੇ ਰਿਵਰ ਦੇ ਫਲੱਡ ਜ਼ੋਨ ਬਣੇਗਾ, ਉੱਥੋਂ ਤੱਕ ਬਣ ਗਿਆ ਖੱਦਰ, ਉਹ ਜਿਹੜਾ ਫਲੱਡ ਜ਼ੋਨ ਤੋਂ ਬਾਹਰ ਹੈ ਉਹ ਬਣ ਗਿਆ ਤੁਹਾਡਾ ਦੈਟ ਇਜ਼ ਬੱਬਰ, ਠੀਕ ਹੈ, ਹੁਣੇ ਆਪਾਂ ਚਰਚਾ ਕਰਾਂਗੇ। ਸੋ ਅੱਗੇ ਦੇਖੋ, hence this region has water accumulation, pani ikattha hunda which leads to the dampness, dampness da matlab ki daldal banni shuru ho jandi hai to such an extent that marshland are created, sir itthe daldali ilaka banna shuru ho jayega, they are found in area parallel to the shivalik mountains, this belt is known for the cultivation of sugarcane, rice, maize, oil seeds, sir itthe aapa makka la sakde ha, ganna la sakde ha, chawal la sakde ha, karan sir ਉਹ ਫਸਲਾਂ ਲਾ ਸਕਦੇ ਹਾਂ ਜਿਹਨੂੰ ਕੀ ਚਾਹੀਦਾ, ਪਾਣੀ ਦੀ ਅਵੇਲੇਬਿਲਿਟੀ ਜ਼ਿਆਦਾ ਚਾਹੀਦੀ ਹੈ, ਉੱਥੇ ਹੈਗੀ ਹੈ, ਸੋ ਇਸ ਤਰ੍ਹਾਂ ਦੀਆਂ ਫਸਲਾਂ ਆਪਾਂ ਇੱਥੇ ਗਰੋ ਕਰ ਸਕਦੇ ਹਾਂ। ਨੈਕਸਟ ਅੱਗੇ ਵੱਧਦੇ ਹਾਂ ਸਰ, ਖੱਦਰ ਦੀ ਜੇਕਰ ਗੱਲ ਕਰੀਏ, ਵੈਨ ਦਾ ਨਿਊ ਐਲੂਵੀਅਲ ਲੇਅਰਸ ਆਰ ਸਪਰੈਡ, ਮੈਂ ਤੁਹਾਨੂੰ ਸਟਾਰਟਿੰਗ ਵੀ ਦੱਸਿਆ ਨਾ ਨਿਊ ਐਲੂਵੀਅਲ ਕਿਹਾ ਜਾਂਦਾ, ਵੈਨ ਦਾ ਨਿਊ ਐਲੂਵੀਅਲ ਆਰ ਸਪਰੈਡ ਔਨ ਦਾ ਬੈਂਕਸ ਆਫ ਦੀ ਰਿਵਰ, ਦੀਜ਼ ਸੈਡੀਮੈਂਟਸ ਆਰ ਨੋਨ ਐਸ ਖੱਦਰ ਔਰ ਬੈਟ, ਇਹਨਾਂ ਨੂੰ ਖੱਦਰ ਜਾਂ ਬੈਟ ਵੀ ਕਿਹਾ ਜਾਂਦਾ ਹੈ, ਵੈਰੀ ਗੁੱਡ ਫੋਰ ਦਾ ਐਗਰੀਕਲਚਰ, ਜੋ ਕਿ ਸਾਡੀ ਖੇਤੀ ਵਾਸਤੇ ਕ੍ਰਿਸ਼ੀ ਵਾਸਤੇ ਕਾਫੀ ਅੱਛੀ ਮੰਨੀ ਜਾਂਦੀ ਹੈ। ਸੋ ਇਸ ਨੂੰ ਜਿਹੜੀ ਨਿਊ ਐਲੂਵੀਅਲ ਹੈ ਸਰ, ਇਹਨੂੰ ਆਪਾਂ ਖੱਦਰ ਕਹਿ ਕੇ ਪੁਕਾਰਦੇ ਹਾਂ, ਔਰ ਪੰਗਰ ਕਿਹਨੂੰ ਕਹਿ ਰਹੇ ਹਾਂ, ਇਟ ਇਜ਼ ਅਪਲੈਂਡ ਐਲੂਵੀਅਲ ਪਲੇਨ ਫੋਰਮਡ ਬਾਏ ਦਾ ਓਲਡ ਐਲੂਵੀਅਲ, ਸਰ ਐਲੂਵੀਅਲ ਸੋਇਲ ਆਏਗਾ, ਐਲੂਵੀਅਲ ਸੋਇਲ, ਸਰ ਇਹ ਅਜਿਹਾ ਇਲਾਕਾ ਹੈ ਜੋ ਕਿ ਪੁਰਾਣੀ ਮਿੱਟੀ ਹੈ, ਪੁਰਾਣੀ ਐਲੂਵੀਅਲ ਸੋਇਲ ਹੈ ਸਾਡੀ, ਠੀਕ ਹੈ ਜੀ। ਸੋ ਸਾਨੂੰ ਇੱਕ ਆਪਣਾ ਇੱਕ ਹੋਰ ਫਿਜ਼ੀਕਲ ਫੀਚਰ ਸਮਝ ਆ ਗਿਆ ਹੋਵੇਗਾ, ਦੈਟ ਇਜ਼ ਕਾਲਡ ਐਸ ਸਰ, ਜਿਹਨੂੰ ਆਪਾਂ ਐਲੂਵੀਅਲ ਪਲੇਨ ਜਾਂ ਪੰਜਾਬ ਪਲੇਨ ਦੇ ਰੂਪ ਚ ਪੜਿਆ। ਨੈਕਸਟ ਅੱਗੇ ਵੱਧਦੇ ਹਾਂ ਸਲਾਈਡ ਦੀ ਔਰ, ਸਰ ਸਾਡਾ ਚੌਥਾ ਤੇ ਆਖਰੀ ਫੀਚਰ ਜਿਹਨੂੰ ਆਪਾਂ ਸਾਊਥ ਵੈਸਟਰਨ ਡਿਊਨਸ ਵੀ ਕਹਿੰਦੇ ਹਾਂ, ਤਿੱਬੇ ਵੀ ਕਹਿੰਦੇ ਹਾਂ, ਸਟਾਰਟਿੰਗ ਚ ਮੈਂ ਤੁਹਾਨੂੰ ਦੱਸ ਚੁੱਕਿਆ ਕੀ ਹੈਗਾ, ਸਮਝਦੇ ਹਾਂ। ਸੈਂਡ ਡਿਊਨਸ ਆਰ ਦਾ ਲਾਰਜ ਮਾਸਿਸ ਆਫ ਦੀ ਵਿੰਡ ਬਲੋਨ ਸੈਂਡ ਮੋਸਟਲੀ ਕਾਮਨ ਫਾਊਂਡ ਇਨ ਦਾ ਡੈਜ਼ਰਟ, ਸਾਡੇ ਮਾਰੂ ਸਥਲਾਂ ਚ ਪਾਈ ਜਾਣ ਵਾਲੀ ਉਹ ਰੇਤਲੀ ਮਿੱਟੀ ਜਿਹੜੀ ਹਵਾ ਦੇ ਨਾਲ ਹੀ ਚੱਲਣੀ ਸ਼ੁਰੂ ਹੋ ਜਾਂਦੀ ਹੈ ਤੇ ਪਹਾੜ ਬਣਾਉਂਦੀ ਹੈ, ਹਵਾ ਰੇਤ ਦੇ ਪਹਾੜ, ਉਹਨਾਂ ਨੂੰ ਸਰ ਸੈਂਡ ਡਿਊਨਸ ਕਿਹਾ ਜਾਂਦਾ। ਦਿਸ ਰੀਜਨ ਇਜ਼ ਫਾਊਂਡ ਇਨ ਦਾ ਸਾਊਥ ਵੈਸਟਰਨ ਪਾਰਟ ਆਫ ਦੀ ਪੰਜਾਬ, ਜੇ ਆਪਾਂ ਸਰ ਪੰਜਾਬ ਦੇ ਖੇਤਰ ਦੀ ਗੱਲ ਕਰੀਏ, ਜੇ ਇਹ ਪੰਜਾਬ ਹੈ ਸਾਡਾ
ਤਾਂ ਸਰ ਪੰਜਾਬ ਦੇ ਆਹ ਖੇਤਰ ਦੇ ਵਿੱਚ ਸਾਨੂੰ ਇਹ ਸੈਂਡ ਡਿਊਨ ਏਰੀਆ ਦੇਖਣ ਨੂੰ ਮਿਲੇਗਾ। ਮੈਂ ਆਲਰੇਡੀ ਸਪੈਸੀਫਾਈ ਕਰ ਚੁੱਕਿਆ, ਹੁਣ ਮੈਪ ਵੀ ਦਿਖਾਉਣਾ। ਲੋਕਲੀ ਦੇ ਆਰ ਕਾਲਡ ਐਸ ਟਿੱਬਾਸ, ਵੈਰੀ ਵੈਰੀ ਇੰਪੋਰਟੈਂਟ ਪੁਆਇੰਟ, ਡਾਇਰੈਕਟ ਕੁਐਸਚਨ ਹੈ ਐਂਡ ਸਟਾਰ ਮਾਰਕ ਮੈਂ ਕਰ ਵੀ ਦਿੱਤਾ ਕਿ ਲੋਕਲੀ ਦੇ ਆਰ ਕਾਲਡ ਐਸ ਟਿੱਬਾਸ। ਅੱਗੇ ਕੀ ਕਹਿ ਰਿਹਾ, ਦੇ ਆਰ ਜਨਰਲੀ ਫਾਊਂਡ ਇਨ ਦਾ ਡਿਸਟ੍ਰਿਕਟ ਆਫ ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਮਾਨਸਾ, ਮੁਕਤਸਰ, ਸੰਗਰੂਰ, ਪਟਿਆਲਾ। ਸਰ ਇਹ ਪੰਜਾਬ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਸਾਡੇ ਆਹ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਦਾ, ਜਿਹੜੇ ਕਿ ਸਾਡੇ ਅਫਕੋਰਸ ਜੇ ਆਪਾਂ ਪੰਜਾਬ ਦੀ ਬੈਲਟ ਦੇਖਾਂਗੇ ਤੇ ਆਹ ਬੈਲਟ ਤੇ ਦੇਖਣ ਨੂੰ ਮਿਲੇਗਾ ਸਾਨੂੰ। ਸਮਝਦੇ ਪਏ ਹੋ? ਸੋ ਸਾਨੂੰ ਇਹ ਵਾਲੇ ਜ਼ਿਲ੍ਹਿਆਂ ਦੇ ਵਿੱਚ ਇਹਦੀ ਅਪੈਕਸ ਜਿਹੜੀ ਆਪਾਂ ਓਵਰਆਲ ਪ੍ਰੈਜੈਂਸ ਨਜ਼ਰ ਆਉਂਦੀ ਹੈ। ਸੋ ਦਿਸ ਇਜ਼ ਫੋਰ ਟੁਡੇ। ਇਹਦੇ ਨਾਲ ਹੀ ਆਪਾਂ ਪੰਜਾਬ ਦੀ ਫਿਜ਼ੀਓਗ੍ਰਾਫੀ ਦਾ ਪਹਿਲਾ ਭਾਗ ਸਮਝਣ ਦੀ ਕੋਸ਼ਿਸ਼ ਕੀਤੀ। ਇਹਦੇ ਨਾਲ ਹੀ ਮੈਂ ਦੂਜੇ ਲੈਕਚਰ 'ਚ ਹਾਜ਼ਰ ਹੋਵਾਂਗਾ ਜਿਹਦੇ ਵਿੱਚ ਆਪਾਂ ਡਰੇਨੇਜ ਸਿਸਟਮ ਨੂੰ ਪੜਾਂਗੇ। ਕਾਫੀ ਕਾਫੀ ਇੰਪੋਰਟੈਂਟ ਟੋਪਿਕ ਹੈ, ਹੋਪਫੁਲੀ ਤੁਹਾਨੂੰ ਪਸੰਦ ਵੀ ਆਵੇਗਾ, ਜਿਹਦੇ 'ਚ ਆਪਾਂ ਫੁੱਲ ਫਲੈਸ਼ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਡਰੇਨੇਜ ਸਿਸਟਮ ਕਿੱਦਾਂ ਚੱਲਦਾ, ਨਦੀ ਤੰਤਰ ਕਿਹਾ ਹੈ, ਕਿੱਥੋਂ ਨਦੀ ਨਿਕਲ ਰਹੀ ਹੈ, ਕਿੱਥੋਂ ਨਦੀ ਜਾ ਰਹੀ ਹੈ, ਉਹਦੇ ਨਾਲ ਕਿਹੜਾ ਕਿਹੜਾ ਕੈਨਲ ਸਿਸਟਮ ਜੁੜਿਆ ਹੋਇਆ, ਸਾਰਾ ਕਰਾਂਗੇ ਨੈਕਸਟ ਸੈਸ਼ਨ ਦੇ ਵਿੱਚ। ਸੋ ਥੈਂਕ ਯੂ ਫੋਰ ਟੁਡੇ, ਮਿਲਦੇ ਹਾਂ ਨੈਕਸਟ ਸੈਸ਼ਨ 'ਚ। ਧੰਨਵਾਦ ਜੀ।